ਰੁੱਤਾਂ ਮੁੜ ਮੁੜ ਆਉਣਗੀਆਂ, ਬੰਦਿਆ ਤੈਂ ਮੁੜ ਕੇ ਨੀ ਆਉਣਾ। ਰੁੱਤਾਂ ਮੁੜ ਮੁੜ ਆਉਣਗੀਆਂ, ਬੰਦਿਆ ਤੈਂ ਮੁੜ ਕੇ ਨੀ ਆਉਣਾ। ਮੁੜ ਕੇ ਨੀ ਆਉਣਾ, ਰੁੱਤਾਂ ਮੁੜ ਮੁੜ ਆਉਣਗੀਆਂ, ਬੰਦਿਆ ਤੈਂ ਮੁੜ ਕੇ ਨੀ ਆਉਣਾ। ਮੁੜ ਮੁੜ ਆਉਣਗੀਆਂ, ਬੰਦਿਆ ਤੈਂ ਮੁੜ ਕੇ ਨੀ ਆਉਣਾ। ਰੁੱਤਾਂ ਮੁੜ ਮੁੜ ਆਉਣਗੀਆਂ, ਬੰਦਿਆ ਤੈਂ ਮੁੜ ਕੇ ਨੀ ਆਉਣਾ। ਰੁੱਤਾਂ ਮੁੜ ਮੁੜ ਆਉਣਗੀਆਂ, ਬੰਦਿਆ ਤੈਂ ਮੁੜ ਕੇ ਨੀ ਆਉਣਾ। ਰੁੱਤਾਂ ਮੁੜ ਮੁੜ ਆਉਣਗੀਆਂ, ਬੰਦਿਆ ਤੈਂ ਮੁੜ ਕੇ ਨੀ ਆਉਣਾ। ਮੁੜ ਮੁੜ ਆਉਣਗੀਆਂ, ਬੰਦਿਆ ਤੈਂ ਮੁੜ ਕੇ ਨੀ ਆਉਣਾ। ਮੁੜ ਮੁੜ ਆਉਣਗੀਆਂ, ਬੰਦਿਆ ਤੈਂ ਮੁੜ ਕੇ ਨੀ ਆਉਣਾ। ਮੁੜ ਮੁੜ ਆਉਣਗੀਆਂ, ਬੰਦਿਆ ਤੈਂ ਮੁੜ ਕੇ ਨੀ ਆਉਣਾ। ਰੁੱਤਾਂ ਮੁੜ ਮੁੜ ਆਉਣਗੀਆਂ, ਬੰਦਿਆ ਤੈਂ ਮੁੜ ਕੇ ਨੀ ਆਉਣਾ। ਇਹ ਮਨ 'ਚ ਵਿਚਾਰ ਕਰਨੀ ਹੈ ਕਿ ਇੱਕ ਵਾਰੀ ਜਦੋਂ ਮੌਤ ਆ ਗਈ, ਮੁੜ ਕੇ ਨਾ ਪਰਿਵਾਰ ਨੂੰ ਨਾ ਸੰਸਾਰ ਨੂੰ ਮਿਲਿਆ ਨਹੀਂ ਜਾਣਾ, ਫਿਰ ਕੀਤਾ ਕੀ ਜਾਵੇ? ਜਿੰਨਾ ਸਮਾਂ ਸਵਾਸ ਚੱਲਦੇ ਹੈ ਉਹ ਸਮਾਂ ਸੰਭਾਲੀਏ ਭਾਈ, ਸੇਵਾ ਸਿਮਰਨ ਭਜਨ ਬੰਦਗੀ। ਮਾਲਕ ਦੇ ਚਰਨਾਂ 'ਚ ਅਰਦਾਸ, ਸਰਬੱਤ ਦੇ ਭਲੇ ਲਈ ਕਰਦੇ ਰਹਿਣਾ ਚਾਹੀਦਾ। ਜਿਹੜੇ ਚੰਗਾ ਸੋਚਦੇ ਹੈ, ਭਲਾ ਚਾਹੁੰਦੇ ਆ ਸੰਸਾਰ ਦਾ, ਉਹਨਾਂ ਨੂੰ ਫਿਰ ਦੁਨੀਆ ਯਾਦ ਕਰਦੀ ਹੈ ਤੇ ਨਾਮ ਵੀ ਉਹਨਾਂ ਦਾ ਰਹਿੰਦਾ, ਕਿਉਂਕਿ ਸਰੀਰਕ ਮੌਤ ਤਾਂ ਸਭ ਨੂੰ ਆਉਣੀ ਹੈ, ਜ਼ਮੀਰ ਨਹੀਂ ਮਰਨੀ ਚਾਹੀਦੀ, ਬੇਇੱਜ਼ਤੀ ਨਾ ਹੋਵੇ, ਜੀਵਨ 'ਚ ਦਾਗ ਨਾ ਲੱਗੇ ਕੋਈ, ਇਹ ਕੋਸ਼ਿਸ਼ ਕਰਨੀ ਹੈ। ਬੰਦਾ ਬੰਦਗੀ ਬਗੈਰ ਕਿਸੇ ਕੰਮ ਦਾ ਨਹੀਂ, 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 ਬੰਦਾ ਬੰਦ ਮੁੱਲ ਕਰਮਾਂ ਦਾ ਪੈਣਾ ਚਿੱਟੇ ਚੰਦਾ ਨਹੀਂ, 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 ਕਾਲ ਮਾਤਾ।
ਜ਼ਿੰਦਗੀ ਬਗੈਰ ਕਿਸੇ ਕੰਮ ਦਾ ਨਹੀਂ, ਦਿੱਤਾ ਜ਼ਿੰਦਗੀ ਬਗੈਰ ਕਿਸੇ ਕੰਮ ਦਾ ਨਹੀਂ, ਦਿੱਤਾ ਜ਼ਿੰਦਗੀ ਬਗੈਰ ਕਿਸੇ ਕੰਮ ਦਾ ਨਹੀਂ, ਦਿੱਤਾ ਜ਼ਿੰਦਗੀ ਬਗੈਰ ਕਿਸੇ ਕੰਮ ਬੰਦਗੀ ਤੋਂ ਬਗੈਰ ਸਾਡੀ ਕਦਰ ਨਹੀਂ ਪੈਣੀ ਪਿਆਰਿਓ, ਕਿਉਂਕਿ ਬੰਦਗੀ ਬਗੈਰ ਨਾਮਦੇਵ ਨੂੰ ਕੋਈ ਜਾਣਦਾ ਨਾ, ਬੰਦਗੀ ਬਗੈਰ ਧੰਨਾ ਪੱਥਰਾਂ ਚੋਂ ਪਾਉਂਦਾ, ਬੰਦਗੀ ਬਗੈਰ ਜਸ ਹੁੰਦਾ ਨਾ ਕਬੀਰ ਜੀ ਦਾ, ਬੰਦਗੀ ਬਗੈਰ ਸੈਣ ਭਗਤ ਸਦਾਉਂਦਾ ਨਾ, ਬੰਦਗੀ ਬਗੈਰ ਨਾ ਉਧਾਰ ਹੁੰਦਾ ਸਦਨੇ ਦਾ, ਬੰਦਗੀ ਬਗੈਰ ਰਵਿਦਾਸ ਮਾਣ ਪਾਉਂਦਾ ਨਾ, ਬੰਦਗੀ ਬਗੈਰ ਨਾ ਮੁਕਤ ਹੋਵੇ ਸੀਤਲ ਜੀ, ਬੰਦਗੀ ਬਗੈਰ ਬੰਦਾ ਕਿਸੇ ਕੰਮ ਆਉਂਦਾ ਨਾ। ਇਸ ਕਰਕੇ ਸੇਵਾ ਤੇ ਸਿਮਰਨ ਜ਼ਰੂਰੀ ਹੈ। ਆਓ ਜਿੱਥੇ ਗੁਰਬਾਣੀ ਦੀ ਵਿਚਾਰਧਾਰਾ ਆਪ ਜੀ ਦੇ ਨਾਲ ਸਾਂਝੀ ਕੀਤੀ ਹੈ, ਉੱਥੇ ਇਤਿਹਾਸ ਦੀ ਵੀ ਸਾਂਝ ਪਾਉਣੀ ਹੈ ਵੀ ਕਈ ਤਾਂ ਆਪਾਂ ਜਾਣੇ ਹਾਂ, ਭਾਈ ਭਜਨ ਕਰੋ ਸੇਵਾ ਕਰੋ, ਫਿਰ ਆਪਾਂ ਸੋਚਦੇ ਹਾਂ ਨਾ ਵੀ ਇਹਦਾ ਫਲ ਕੀ ਮਿਲਦਾ, ਜਿਹੜਾ ਕਿਸੇ ਦਾ ਦੁੱਖ ਵੰਡਾਉਣਾ, ਕਿਸੇ ਦੀ ਮਦਦ ਕਰਨੀ, ਕਿਸੇ ਬਾਰੇ ਭਲਾ ਸੋਚਣਾ, ਇਹਦਾ ਫਲ ਸੁਣੋ ਹੁਣ ਕੀ ਮਿਲਦਾ। ਅੱਜ ਮਾਤਾ ਜੰਗੀਰ ਕੌਰ ਦੇ ਭੋਗ 'ਤੇ ਆਪਾਂ ਆਏ ਹਾਂ ਅਤੇ ਮਾਈਆਂ ਦਾ ਸਮਾਜ ਵਿੱਚ ਕਿੱਡਾ ਯੋਗਦਾਨ ਹੈ, ਇਹ ਵਿਚਾਰ ਕਰਨੀ ਹੈ, ਖਿਆਲ ਤੁਸੀਂ ਰੱਖਿਓ। ਇਹ ਨਾ ਸਮਝਿਓ ਵੀ ਭੋਗ 'ਤੇ ਗਏ ਸੀ ਬਾਬਿਆਂ ਨੇ ਕਥਾ ਸੁਣਾਈ ਜੀ, ਇਹ ਕਹਿ ਕੇ ਨਹੀਂ ਸਰਨਾ, ਇਹਨੂੰ ਆਪਣੀ ਜ਼ਿੰਦਗੀ 'ਚ ਕਮਾਉਣਾ ਹੈ। ਆਪਾਂ ਜੇ ਸੋਚਦੇ ਹਾਂ ਨਾ ਵੀ ਫਲਾਣਾ ਇੱਦਾਂ ਦਾ, ਫਿਰ ਆਪਣਾ ਮਨ ਦੇਖੋ ਵੀ ਮੈਂ ਕਿੱਥੇ ਹਾਂ, ਕੀ ਉਹਦੇ ਨਾਲ ਮੇਰੇ ਗੁਣ ਮਿਲਦੇ ਆ, ਕਿਉਂਕਿ ਗੱਲ ਸਰੀਰ ਦੀ ਨਹੀਂ ਹੈ। ਪਤਲਾ ਹੋਵੇ, ਕੋਈ ਮੋਟਾ ਹੋਵੇ, ਕੋਈ ਕਾਲਾ ਹੋਵੇ, ਕੋਈ ਗੋਰਾ ਹੋਵੇ, ਕੋਈ ਚਾਹੇ ਕਿਸੇ ਮਰਜ਼ੀ ਜਾਤੀ 'ਚ ਪੈਦਾ ਹੋਇਆ, ਅਸਲ ਵਿੱਚ ਤਾਂ ਕਰਮ ਦੇਖੇ ਜਾਂਦੇ ਆ, ਮੁੱਲ ਕਰਮਾਂ ਦਾ ਪੈਣਾ, ਚਿੱਟੇ ਚੰਮ ਦਾ ਨਹੀਂ। ਔਰਤ ਹੈ ਜਿਹੜੀ ਗੁਰਮੁਖੋ, ਇਹਨੂੰ ਸਭ ਧਰਮਾਂ ਨੇ ਬਹੁਤ ਸਤਿਕਾਰ ਦਿੱਤਾ ਹੈ, ਸਿਆਣਿਆਂ ਨੇ, ਕਮਲਿਆਂ ਦਾ ਤਾਂ ਕਹਿਣਾ ਹੀ ਕੀ ਹੈ, ਕਿਉਂਕਿ ਕੋਈ ਵੀ ਪਰਿਵਾਰ, ਕੋਈ ਵੀ ਇਨਸਾਨ ਜੇ ਕਿਸੇ ਉੱਚੇ ਰੁਤਬੇ 'ਤੇ ਜਾਂਦਾ ਹੈ ਤਾਂ ਉਹਦੇ ਵਿੱਚ ਔਰਤਾਂ ਦਾ ਇੱਕ ਵੱਡਾ ਯੋਗਦਾਨ ਹੁੰਦਾ ਹੈ। ਸਭ ਤੋਂ ਪਹਿਲੀ ਗੱਲ ਤਾਂ ਇਹ ਲਾ ਲਓ, ਜਿੰਨੇ ਆਪਾਂ ਬੈਠੇ ਹਾਂ ਮਾਂ ਦੇ ਪੇਟੋਂ ਜਨਮ ਲਿਆ, 9 ਮਹੀਨੇ ਬੱਚੇ ਨੂੰ ਕੁੱਖ 'ਚ ਰੱਖ ਕੇ ਪਾਲਦੀ ਹੈ, ਦੇਖੋ ਬੱਚੇ ਦੇ ਅੰਗ ਪੈਰ ਤਿਆਰ ਹੁੰਦੇ ਹੈ, ਸਰੀਰ ਬਣਦਾ, ਉਹ ਵੀ ਮਾਂ ਦੇ ਖੂਨ ਤੋਂ ਤਿਆਰ ਹੁੰਦਾ, ਫਿਰ ਵੀ
ਕਿੰਨੇ ਦੁੱਖ ਝੱਲ ਕੇ ਬੱਚੇ ਨੂੰ ਪਾਲਦੀ ਹੈ। ਦੁੱਧ ਜਿਹੜਾ ਪੀਂਦੇ ਆ ਨਾ ਦੁੱਧ, ਇਹ ਵੀ ਖੂਨ ਤੋਂ ਹੀ ਬਣਦਾ, ਮਾਂ ਦੇ ਸਰੀਰ ਤੋਂ। ਕਿੰਨੇ ਦੁੱਖ ਝੱਲਦੀ ਹੈ, ਸਾਨੂੰ ਜੰਮਦੀ ਹੈ, ਚਾਹੇ ਪੁੱਤ ਹੋਵੇ ਚਾਹੇ ਧੀ ਹੋਵੇ। ਮਨਾਂ 'ਚ ਝਾਤੀ ਮਾਰ ਲਿਓ ਵੀ ਜੇ ਮਾਂ ਨਾ ਹੁੰਦੀ ਸਾਡਾ ਜਨਮ ਕਿੱਥੋਂ ਹੋਣਾ ਸੀ। ਗੁਰਮੁਖ ਪਿਤਾ ਹੈ ਨਾ ਜਿਹੜਾ, ਇਹਦਾ ਮਿਲਣਾ 1%, ਬੱਚੇ 'ਚ 99% ਮਾਂ ਹੁੰਦੀ ਹੈ ਗੁਰਮੁਖ। ਅਗਲੀ ਗੱਲ ਹੋਰ ਸੁਣ ਲਓ, ਬੰਦੇ ਕਮਾਈ ਤਾਂ ਕਰ ਸਕਦੇ ਐ ਪਰ ਘਰ ਸਿਆਣੀ ਔਰਤ ਤੋਂ ਬਿਨਾਂ ਨਹੀਂ ਵੱਜਦਾ ਹੁੰਦਾ। ਉਹ ਭਾਵੇਂ ਮਾਂ ਹੋਵੇ, ਚਾਹੇ ਘਰ ਵਾਲੀ ਹੋਵੇ, ਕੋਈ ਭੈਣ ਹੋਵੇ, ਨੂੰਹ ਆ ਜੇ ਕੋਈ ਚੱਜ ਦੀ, ਸਿਆਣੀ ਔਰਤ ਬਿਨਾਂ ਘਰ ਨਹੀਂ ਵੱਜਦੇ ਹੁੰਦੇ ਗੁਰਮੁਖ। ਤੇ ਖਾਸ ਕਰਕੇ ਗੁਰੂ ਸਾਹਿਬਾਨਾਂ ਨੇ ਔਰਤ ਦਾ ਇੰਨਾ ਸਤਿਕਾਰ ਕੀਤਾ, ਬਾਣੀ ਵਿੱਚ ਲਿਖਤਾ ਵੀ ਸੋ ਕਿਉਂ ਮੰਦਾ ਆਖੀ ਹੈ ਜਿੱਤ ਜੰਮੇ ਹੈ ਰਾਜਾ। ਕਿਉਂਕਿ ਕੁਛ ਧਰਮ ਇੱਦਾਂ ਦੇ ਸੀ ਜਿਨ੍ਹਾਂ ਵਿੱਚ ਔਰਤ ਨੂੰ ਨਿੰਦਿਆ ਗਿਆ, ਕੋਈ ਪੈਰ ਦੀ ਜੁੱਤੀ ਕਹਿੰਦਾ ਸੀ, ਕਿਸੇ ਨੇ ਗੁਲਾਮ ਬਣਾ ਕੇ ਰੱਖਿਆ, ਬੜੇ ਭੈੜੇ ਭੈੜੇ ਲਫ਼ਜ਼ ਸੀ, ਆਪਾਂ ਬੋਲ ਹੀ ਨਹੀਂ ਸਕਦੇ ਇੱਥੇ ਤਾਂ ਗੁਰੂ। ਪਰ ਗੁਰੂ ਨਾਨਕ ਦਾ ਘਰ ਹੈ ਜਿਹਨੇ ਔਰਤ ਦਾ ਸਤਿਕਾਰ ਕੀਤਾ ਵੀ ਰਾਜੇ ਮਹਾਰਾਜਿਆਂ ਨੂੰ ਜਨਮ ਦੇਣ ਵਾਲੀ, ਇਹਨੂੰ ਕਿਉਂ ਨਿੰਦਿਆ ਜਾ ਰਿਹਾ ਜਿਹਨੇ ਭਗਤ ਸੂਰਮੇ ਦਾਨੀ ਪੁੱਤ ਪੈਦਾ ਕੀਤੇ। ਔਰ ਜੇ ਯੋਗਦਾਨ ਵੇਖੀਏ, ਖਾਸ ਕਰਕੇ ਹੁਣ ਧਰਮ ਤਾਂ ਸਾਰਾ ਸੰਸਾਰ ਤਾਂ ਬਹੁਤ ਵੱਡੀ ਗੱਲ ਹੈ, ਆਪਾਂ ਸਿੱਖ ਧਰਮ ਦੀ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਕਹਿੰਦੇ ਨੇ ਜੇ ਧੀ ਹੋਵੇ ਤਾਂ ਕਿੱਦਾਂ ਦੀ ਹੋਵੇ, ਭੈਣ ਹੋਵੇ ਤਾਂ ਕਿੱਦਾਂ ਦੀ ਹੋਵੇ, ਜੇ ਪਤਨੀ ਹੋਵੇ ਤਾਂ ਕਿੱਦਾਂ ਦੀ ਹੋਵੇ, ਜੇ ਮਾਂ ਹੋਵੇ ਤਾਂ ਕਿੱਦਾਂ ਦੀ ਹੋਵੇ। ਕਿਉਂਕਿ ਜਿਹੜੀ ਔਰਤ ਹੈ ਇਹਦੇ ਕਈ ਰੂਪ ਵਿਦਵਾਨਾਂ ਨੇ ਦੱਸੇ ਆ, ਸਾਡੇ ਘਰ ਜੰਮਦੀ ਹੈ, ਸਾਡੀ ਧੀ ਹੈ, ਭਰਾਵਾਂ ਦੀ ਭੈਣ ਹੈ, ਜਦੋਂ ਉਹਨੂੰ ਵਿਆਹ ਦਈਏ ਫਿਰ ਉਹ ਆਪਣੇ ਪਤੀ ਦੀ ਪਤਨੀ ਬਣਦੀ ਹੈ, ਫਿਰ ਜਦੋਂ ਕੋਈ ਬਾਲ ਬੱਚਾ ਜਨਮ ਲੈ ਲੇ ਫਿਰ ਉਹ ਮਾਂ ਬਣ ਜਾਂਦੀ ਹੈ। ਕਿਉਂਕਿ ਜਿੰਨਾ ਚਿਰ ਬੱਚਾ ਜਨਮ ਨਹੀਂ ਲੈਂਦਾ ਉਨਾ ਚਿਰ ਭੈਣ ਬਣ ਸਕਦੀ ਹੈ, ਮਾਸੀ ਚਾਚੀ ਤਾਈ ਪਤਨੀ ਤਾਂ ਬਣ ਜੂਗੀ, ਪਰ ਮਾਂ ਉਦੋਂ ਹੀ ਕਹਾ ਸਕਦੀ ਹੈ ਜਦੋਂ ਕੋਈ ਬਾਲ ਬੱਚਾ ਹੋ ਜੇ ਗੁਰੂ ਸਹੀ ਸ਼ਬਦਾਂ 'ਚ। ਹੁਣ ਇਹ ਜਿਹੜੇ ਰੂਪ ਨੇ ਵਿਦਵਾਨਾਂ ਨੇ ਜਿੰਨੀ ਕੁ ਵਿਚਾਰ ਲਿਖੀ ਹੈ, ਸੋਚਦੇ ਹਾਂ ਵੀ ਭੈਣ ਕਿਹੋ ਜਿਹੀ ਹੋਵੇ, ਧੀ ਕਿਹੋ ਜਿਹੀ ਹੋਵੇ, ਪਤਨੀ ਕਿਹੋ ਜਿਹੀ ਹੋਵੇ, ਮਾਂ ਕਿਹੋ ਜਿਹੀ ਹੋਵੇ, ਨੂੰਹ ਕਿਹੋ ਜਿਹੀ ਹੋਵੇ, ਇਹ ਵਿਚਾਰਾਂ ਦੱਸੀਆਂ ਵਿਦਵਾਨਾਂ ਨੇ। ਲਓ ਸਭ ਤੋਂ ਪਹਿਲਾਂ ਬੇਨਤੀ ਕਰਨੀ ਹੈ ਗੁਰੂ ਨਾਨਕ ਸਾਹਿਬ ਤੋਂ ਆਪਾਂ ਸ਼ੁਰੂ ਕਰਾਂਗੇ। ਕਹਿੰਦੇ ਜੇ ਭੈਣ ਹੋਵੇ ਤਾਂ ਭੈਣ ਨਾਨਕੀ ਵਰਗੀ ਹੋਣੀ ਚਾਹੀਦੀ। ਕੀ ਗੁਣ ਸੀ ਭੈਣ ਨਾਨਕੀ 'ਚ? ਦੇਖੋ ਕੋਈ ਬਾਲ ਬੱਚਾ ਉਹਦੇ ਨਹੀਂ ਹੋਇਆ ਫਿਰ ਵੀ ਉਹਨੂੰ ਪੂਜਿਆ ਜਾਂਦਾ ਹੈ। ਕੋਈ ਇਹ ਨਹੀਂ ਵੀ ਉਹ ਗੁਰੂ ਨਾਨਕ ਦੀ ਭੈਣ ਸੀ, ਨਹੀਂ ਭਾਈ, ਕੁਛ ਕਾਰਨ ਸੀਗੇ ਉਹਦੇ। ਭੈਣ ਨਾਨਕੀ ਦੀ ਜੀਵਨੀ ਇੱਦਾਂ ਦੀ ਸੀ,
ਜਦੋਂ ਗੁਰੂ ਨਾਨਕ ਪਾਤਸ਼ਾਹ ਨੂੰ ਪਿਤਾ ਨੇ 20 ਰੁਪਏ ਦਿੱਤੇ ਕਿ ਨਾਨਕ ਮੈਂ ਨਹੀਂ ਚਾਹੁੰਦਾ ਤੂੰ ਵਿਹਲਾ ਰਵੇਂ, ਆ 20 ਰੁਪਏ ਲੈ ਜਾ ਤੇ ਚੂੜਕਾਣੇ ਦੀ ਮੰਡੀ ਤੋਂ ਸੌਦਾ ਲੈ ਆ, ਦੁਕਾਨ ਪਾ ਕੇ ਬਹਿ ਜਾ, ਨਾਲੇ ਰੱਬ ਰੱਬ ਕਰੀ ਚੱਲਿਆ ਕਰ, ਨਾਲੇ ਸਮਾਨ ਵੇਚ ਲਿਆ ਕਰ। ਕੋਈ ਵੀ ਪਿਤਾ ਨਹੀਂ ਚਾਹੁੰਦਾ ਹੁੰਦਾ ਵੀ ਸਾਡੀ ਔਲਾਦ ਵਿਹਲੜ ਰਹਿ ਜੇ, ਪਰ ਗੁਰੂ ਨਾਨਕ ਜੀ ਨੇ ਕੀ ਕੀਤਾ, ਉਹਨਾਂ 20 ਰੁਪਈਆਂ ਦਾ ਸਾਧੂਆਂ ਨੂੰ ਲੰਗਰ ਛਕਾਤਾ, ਹੋਰ ਵੀ ਜਿਹੜੇ ਰਾਹੀ ਜਾਂਦੇ ਸੀ ਪੈਸੇ ਖਰਚ ਕੇ ਜਦੋਂ ਖਾਲੀ ਹੱਥ ਆਏ ਘਰ ਤਾਂ ਪਿਤਾ ਨੂੰ ਗੁੱਸਾ ਆਉਣਾ ਹੀ ਸੀਗਾ, ਕੁਦਰਤੀ ਗੱਲ ਹੈ, ਗੁੱਸਾ ਆ ਗਿਆ। ਗੁੱਸੇ ਵਿੱਚ ਆ ਕੇ ਗੁਰੂ ਨਾਨਕ ਪਾਤਸ਼ਾਹ ਨੂੰ ਝਿੜਕਿਆ, ਪਿੰਡੋਂ ਬਾਹਰ ਬਾਹਰ ਬੈਠੇ ਸੀ, ਬਾਂਹ ਤੋਂ ਫੜ ਕੇ ਉਠਾਇਆ ਤੇ 2-3 ਚਪੇੜਾਂ ਮਾਰੀਆਂ ਗੁਰੂ, ਉਹ ਵੀ ਗੁੱਸੇ 'ਚ ਇੰਨੇ ਜ਼ੋਰ ਨਾਲ ਮਾਰੀਆਂ, ਕਹਿੰਦੇ ਫੁੱਲਾਂ ਵਰਗਾ ਕੋਮਲ ਮੁਖੜਾ ਤੇ ਨਾਲ ਨਾਲ ਉਂਗਲਾਂ ਛਪ ਗਈਆਂ ਗੁਰੂ। ਹੁਣ ਚਪੇੜ ਤਾਂ ਗੁਰੂ ਨਾਨਕ ਦੇ ਮੁੱਖ 'ਤੇ ਵੱਜੀ, ਪਰ ਦਰਦ ਭੈਣ ਨਾਨਕੀ ਦੇ ਕਲੇਜੇ ਨੂੰ ਹੋਇਆ। ਆਖੋ ਸਤਨਾਮ, ਭੱਜ ਕੇ ਗਈ, ਜਾ ਕੇ ਪਿਤਾ ਦਾ ਹੱਥ ਫੜ ਲਿਆ, ਕਹਿੰਦੀ ਪਿਤਾ ਜੀ ਇਹ ਕੀ ਕਰਨ ਲੱਗੇ, ਆ 20 ਰੁਪਏ ਚਾਂਦੀ ਦੇ ਛਿੱਲੜਾਂ ਪਿੱਛੇ ਮੇਰੇ ਵੀਰ ਨਾਨਕ ਨੂੰ ਮਾਰ ਰਹੇ ਹੋ, ਤੁਹਾਨੂੰ ਨਹੀਂ ਪਤਾ, ਤੁਸੀਂ ਸੋਚਦੇ ਹੋ ਸਿਰਫ ਘਰ ਵਾਸਤੇ, ਇਹ ਸੋਚਦਾ ਸੰਸਾਰ ਵਾਸਤੇ। ਆਖੋ ਸਤਨਾਮ, ਵਾਹਿਗੁਰੂ। ਇਹਨੇ ਕੀਤਾ ਪਰ ਉਪਕਾਰ, ਪਿਤਾ ਜੀ ਇਹ ਇਕੱਲਾ ਤੁਹਾਡਾ ਪੁੱਤਰ ਨਹੀਂ ਹੈ, ਇਹ ਇਕੱਲਾ ਮੇਰਾ ਵੀਰ ਹੀ ਨਹੀਂ ਹੈ, ਇਹ ਤਾਂ ਸੰਸਾਰ ਦਾ ਭਲਾ ਕਰਨ ਵਾਸਤੇ ਕਲਿਆਣ ਦਾਸ ਦੇ ਘਰ ਆਪ ਰੱਬ ਆਇਆ। ਆਖੋ ਸਤਨਾਮ, ਭੈਣ ਨਾਨਕੀ ਰੋਈ, ਨਾਲੇ ਤਾਂ ਹੁਬਕੀ ਹੁਬਕੀ ਤਾਂ ਹਾਂ ਮਾਰ ਕੇ, ਨਾਲੇ ਪਿਤਾ ਨੂੰ ਕਹਿੰਦੀ ਹੈ ਨਾ ਮਾਰ ਬਾਬਲਾਵੇ ਵੀਰ ਦੇ ਮੁਖੜੇ ਉੱਤੇ ਚਪੇੜਾਂ, 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 ਨਾ ਮਾਰ ਬਾਬਲਾਵੇ ਵੀਰ ਦੇ ਮੁਖੜੇ ਉੱਤੇ ਚਪੇੜਾਂ। ਹੁਬਕੀ ਰੋ ਪਈ ਐ ਵੀਰ ਨੂੰ ਛਾਤੀ ਨਾਲ ਲਗਾ ਕੇ, ਹੁਬਕੀ ਰੋ ਪਈ ਐ ਵੀਰ ਨੂੰ ਛਾਤੀ ਨਾਲ ਲਗਾ ਕੇ, ਹੁਬਕੀ ਰੋ ਪਈ ਐ ਵੀਰ ਨੂੰ ਛਾਤੀ ਨਾਲ ਲਗਾ ਕੇ, ਹੁਬਕੀ ਰੋ ਪਈ ਐ ਵੀਰ ਨੂੰ ਛਾਤੀ ਨਾਲ ਹੁਬਕੀ ਹੁਬਕੀ ਰੋ ਪਈ ਐ।
ਜੀ ਸ਼ੁਕਰ ਮਨਾ ਕੇ ਇਹਨੂੰ ਸਹੁਰੀ ਲੈ ਜੂੰਗੀ ਘਰ ਵਿੱਚ ਬੈ ਜੀ ਸ਼ੁਕਰ ਮਨਾ ਕੇ ਸਹੁਰੀ ਲੈ ਜੂੰਗੀ ਘਰ ਵਿੱਚ ਬੈ ਜੀ ਸ਼ੁਕਰ ਮਨਾ ਕੇ ਇਹਨੂੰ ਸਹੁਰੀ ਲੈ ਜੂੰਗੀ ਘਰ ਵਿੱਚ ਬੈ ਜੀ ਸ਼ੁਕਰ ਮਨਾ ਕੇ ਰੋਟੀ ਫਿਰ ਖਾਊਂਗੀ ਪਹਿਲਾਂ ਤੇਰੀ ਰੱਗ ਵਿੱਚ ਪਾ ਕੇ ਰੋਟੀ ਫਿਰ ਖਾਊਂਗੀ ਪਹਿਲਾਂ ਤੇਰੀ ਰੱਗ ਵਿੱਚ ਪਾ ਕੇ ਰੋਟੀ ਫਿਰ ਖਾਊਂਗੀ ਪਹਿਲਾਂ ਤੇਰੀ ਰੱਗ ਵਿੱਚ ਪਾ ਕੇ ਖਾਊਂਗੀ ਪਹਿਲਾਂ ਤੇਰੀ ਰੱਗ ਵਿੱਚ ਪਾ ਕੇ ਤੈਨੂੰ ਕੋਈ ਸਮਝ ਨਹੀਂ ਕਰਦਾ ਮਹਿਲਾਂ ਵਿੱਚ ਤਰੇੜਾ ਤੈਨੂੰ ਕੋਈ ਸਮਝ ਨਹੀਂ ਕਰਦਾ ਮਹਿਲਾਂ ਵਿੱਚ ਤਰੇੜਾ ਹਰ ਬਾਵਲਾ ਦੇ ਵੀਰ ਦੇ ਮੁਖੜੇ ਉੱਤੇ ਚਪੇੜਾ 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 ਕਹਿੰਦੀ ਤੈਨੂੰ ਸਮਝ ਹੈ ਨੀ ਤੂੰ ਮਹਿਲਾਂ 'ਚ ਤਰੇੜਾਂ ਪਾਉਣਾ ਦੇਖੋ ਮਹਿਲ ਬਣਾ ਲਓ ਸੋਹਣਾ ਜੇ ਮੂਹਰੇ ਤੇੜ ਆ ਜੇ ਨਾ ਫਿਰ ਜੱਚਦਾ ਨਹੀਂ ਖੰਮ ਗੁਰ ਇਹਨੂੰ ਲੈ ਜੂ ਕਹਿੰਦੀ ਮੈਂ ਸਹੁਰੀ ਤੂੰ ਬਹਿ ਜੀ ਇਕੱਲਾ ਘਰ 'ਚ ਫੇਰ ਰੋਟੀ ਖਾਊਂ ਪਹਿਲਾਂ ਤੈਨੂੰ ਤੇਰੇ 20 ਰੁਪਏ ਦੇ ਕੇ ਜਾਊ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਪੁੱਤਰ ਨਹੀਂ ਹੈ ਇਕੱਲਾ ਇਕੱਲਾ ਮੇਰਾ ਵੀਰ ਨਹੀਂ ਇਹ ਰੱਬ ਆਇਆ ਆਪਣੇ ਘਰ ਦੇਖੋ ਪਛਾਣਿਆ ਤੇ ਮਾਫ ਕਰਿਓ ਆਪਣੇ ਕੋਲੇ ਗੁਰੂ ਗ੍ਰੰਥ ਸਾਹਿਬ ਹੈ ਰੋਜ਼ ਸੁਣਦੇ ਹਾਂ ਵੀ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇਵਡ ਅਵਰ ਨਾ ਕੋਏ ਗੁਰ ਪਰਮੇਸ਼ਰ ਏਕੋ ਜਾਣ ਕਿੰਨਾ ਕੁਛ ਲਿਖਿਆ ਹੈ ਤੇ ਕਈਆਂ ਨੂੰ ਅਜੇ ਵੀ ਸਮਝ ਨਹੀਂ ਹੈ ਆਖੋ ਸਤਨਾਮ ਵਾਹਿਗੁਰੂ ਭੈਣ ਨਾਨਕੀ ਵਰਗੀ ਹੋਵੇ ਭੈਣ ਹੁਣ ਵਾਲਾ ਕੰਮ ਨਹੀਂ ਸੀ ਜ਼ਮੀਨਾਂ ਵੰਡਾਉਣ ਤੇ ਕਈਆਂ ਦਾ ਜ਼ੋਰ ਹੈ ਦੁੱਖ ਤਾਂ ਕੋਈ ਵੰਡਾਉਂਦਾ ਗੁਰਮੁਖ ਅਸਲ 'ਚ ਦੁੱਖ ਵੰਡਾਉਣਾ ਚਾਹੀਦਾ ਜੇ ਭੈਣ ਹੈ ਨਾ ਭੈਣ ਨਾਨਕੀ ਵਰਗੀ ਹੋਣੀ ਚਾਹੀਦੀ ਅਗਲੀ ਗੱਲ ਜੇ ਧੀ ਹੋਵੇ ਤਾਂ ਕਿੱਦਾਂ ਦੀ ਹੋਵੇ ਧੀ ਹੋਵੇ ਕਹਿੰਦੇ ਪੁੱਤਰੀ ਬੀਬੀ ਭਾਨੀ ਵਰਗੀ ਜਿਹੜਾ ਧੀ ਸ਼ਬਦ ਹੈ ਨਾ ਧੀ ਹੁਣ ਤਾਂ ਆਪਾਂ ਧੀ ਕਹਿੰਦੇ ਹਾਂ ਪੁਰਾਣੇ ਗ੍ਰੰਥਾਂ ਨੂੰ ਜਦੋਂ ਪੜ੍ਹੀਏ ਉਹਦੇ ਵਿੱਚ ਧੀ ਨਹੀਂ ਸੀ ਬੁੱਧੀ ਲਿਖਿਆ ਬੁੱਧੀ ਅਕਲ ਸਿਆਣਪ ਬੁੱਧੀ ਤੋਂ ਧੀ ਬਣਿਆ ਜਦੋਂ ਕਿਸੇ ਘਰ ਧੀ ਜੰਮ ਪੈਂਦੀ ਲੋਕ ਕਹਿੰਦੇ ਹੁੰਦੇ ਹੁਣ ਆਊ ਇਹਨੂੰ ਅਕਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦੇ ਹੁੰਦੇ ਸਿਆਣੇ ਵੀ ਹੁਣ ਅਕਲ ਆ ਜੂ ਧੀ ਜੰਮ ਪੀ ਧੀ ਸ਼ਬਦ ਬੁੱਧੀ ਤੋਂ ਬਣਿਆ ਜੇ ਧੀ ਹੋਵੇ ਤਾਂ ਕਿੱਦਾਂ ਦੀ ਹੋਵੇ ਗੁਰਮੁਖੋ ਧੀ ਹੋਵੇ ਬੀਬੀ ਭਾਨੀ ਵਰਗੀ ਪਤਾ ਕਿਉਂ
ਜਿਹੜੀ ਬੀਬੀ ਭਾਨੀ ਹੈ ਇਹ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਦੀ ਧੀ ਹੈ। ਸੇਵਾ ਤਾਂ ਚਲੋ ਕਰਦੇ ਹੀ ਸੀਗੇ, ਦੋ ਧੀਆਂ ਸੀ, ਇੱਕ ਬੀਬੀ ਦਾਨੀ ਇੱਕ ਬੀਬੀ ਭਾਨੀ। ਪਰ ਜਿਹੜੀ ਬੀਬੀ ਭਾਨੀ ਸੀ ਇਹ ਸ਼ੁਰੂ ਤੋਂ ਹੀ ਨਿਮਰਤਾ ਵਾਲੀ ਸੀ, ਚੰਗਾ ਸਲੀਕਾ ਸੀਗਾ ਵੀ ਗੱਲ ਕਿਵੇਂ ਕਰਨੀ ਹੈ, ਆਏ ਗਏ ਦਾ ਸਤਿਕਾਰ ਕਰਦੀ। ਗੁਰੂ ਅਮਰਦਾਸ ਮਹਾਰਾਜ ਜੇ ਸੰਗਤ ਨਾਲ ਬਚਨ ਬਿਲਾਸ ਕਰਦੇ, ਇਹਨੇ ਜਲ ਪਾਣੀ ਛਕਾਉਣਾ। ਕਈ ਵਾਰੀ ਸੇਵਾਦਾਰ ਤਾਂ ਚਲੋ ਹੋਰ ਵੀ ਸੀਗੇ, ਪਰ ਕਈ ਵਾਰੀ ਘਰ ਵੀ ਸੰਗਤ ਆ ਜਾਂਦੀ। ਤੇ ਬੀਬੀ ਭਾਨੀ ਦਾ ਰਿਸ਼ਤਾ ਗੁਰੂ ਅਮਰਦਾਸ ਮਹਾਰਾਜ ਜੀ ਨੇ ਭਾਈ ਜੇਠਾ ਜੀ ਨਾਲ ਕੀਤਾ। ਤੇ ਜਦੋਂ ਰਿਸ਼ਤਾ ਕੀਤਾ ਸੀ ਉਦੋਂ ਨਾ ਤਾਂ ਭਾਈ ਜੇਠੇ ਦੇ ਮਾਂ ਪਿਓ ਸੀਗੇ, ਨਾ ਨਾਨਾ ਨਾਨੀ ਸੀ, ਨਾ ਘਰਵਾਰ ਸੀ, ਨਾ ਕੋਈ ਚਾਚਾ ਤਾਇਆ ਆਉਂਦਾ ਜਾਂਦਾ ਸੀ। ਉਹ ਸਿਰਫ ਗੁਰੂ ਘਰ ਦੀ ਸੇਵਾ ਕਰਕੇ ਲੰਗਰ ਵੀ ਗੁਰੂ ਕੇ ਲੰਗਰ ਚੋਂ ਹੀ ਛਕਦਾ ਸੀ। ਆਖੋ ਸਤਨਾਮ ਵਾਹਿਗੁਰੂ। ਹੁਣ ਤਾਂ ਦੇਖੋ ਆਪਾਂ ਘਰ ਬਾਰ ਦੇਖਦੇ ਹਾਂ, ਨਾਨਕੇ ਦਾਦਕੇ ਕਿੰਨਾ ਕੁਛ ਦੇਖਦੇ ਹਾਂ ਨਾ, ਪਰ ਗੁਰੂ ਅਮਰਦਾਸ ਨੇ ਰਿਸ਼ਤਾ ਕਰਤਾ, ਬੀਬੀ ਭਾਨੀ ਨੇ ਉਹ ਤੇ ਕੋਈ ਸ਼ੰਕਾ ਨਹੀਂ ਕੀਤਾ ਵੀ ਇਹੋ ਜਿਹਾ ਭਾਲਤਾ ਮੈਨੂੰ, ਖਿੜੇ ਮੱਥੇ ਪ੍ਰਵਾਨ ਕੀਤਾ ਸੀ ਖਿੜੇ ਮੱਥੇ। ਫਿਰ ਵੀ ਸੇਵਾ ਚ ਲੱਗੇ ਰਹਿਣਾ, ਝਾੜੂ ਦੇਣਾ, ਟੋਕਰੀਆਂ ਭਰ ਭਰ ਕੂੜੇ ਦੀਆਂ ਮਿੱਟੀ ਦੀਆਂ ਸਿੱਟਣੀਆਂ, ਸੰਗਤਾਂ ਦੇ ਬਰਤਨ ਸਾਫ ਕਰਨੇ। ਸਮਾਂ ਲੰਘਦਾ ਗਿਆ, ਸੇਵਾ ਭਾਈ ਜੇਠਾ ਜੀ ਦੀ ਵੀ ਬਹੁਤ ਸੀ, ਪਰ ਗੁਰਗੱਦੀ ਮਿਲਣ ਦੇ ਕਾਰਨ ਇੱਕ ਤਾਂ ਦੇਖੋ ਤਖ਼ਤ ਰਾਜਾ ਸੋ ਬਹਿ ਜੋ ਤਖ਼ਤ ਹੈ ਲਾਇਕ ਹੋਈ, ਉਹ ਤਾਂ ਚਲੋ ਹੈ ਹੀ ਹੈ, ਪਰ ਬੰਦੇ ਦੀ ਵੀ ਨੀਤ ਵੇਖੀ ਜਾਂਦੀ ਹੈ ਵੀ ਇਹ ਕਿੱਦਾਂ ਦਾ। ਹੁਣ ਬੀਬੀ ਭਾਨੀ ਇੱਕ ਦਿਨ ਨਾ ਗੁਰੂ ਅਮਰਦਾਸ ਮਹਾਰਾਜ ਦੇ ਕੇਸਾਂ ਵਿੱਚ ਪਾ ਕੇ ਦਹੀਂ ਕੇਸੀ ਇਸ਼ਨਾਨ ਕਰਾਈ ਜਾਂਦੀ ਹੈ, ਤੇ ਬੈਠੇ ਬੈਠੇ ਜਿਸ ਪੀੜ੍ਹੀ ਤੇ ਬਹਿ ਕੇ ਨਹਾ ਰਹੇ ਸੀ ਗੁਰੂ ਅਮਰਦਾਸ, ਉਹਦਾ ਪਾਵਾ ਟੁੱਟ ਗਿਆ ਕਿਤੇ ਕਹਿੰਦੇ। ਤੇ ਬੀਬੀ ਭਾਨੀ ਨੇ ਮੌਕਾ ਸੰਭਾਲਿਆ, ਹੇਠਾਂ ਖੜੇ ਖੜੇ ਆਪਣਾ ਪੈਰ ਕਰਤਾ ਪਾਵੇ ਦੀ ਜਗ੍ਹਾ। ਚਲੋ ਗੁਰੂ ਅਮਰਦਾਸ ਡਿੱਗਣੋਂ ਬਚ ਗਏ, ਕਿਉਂਕਿ ਮੌਕਾ ਵੀ ਕੋਈ ਕੋਈ ਸਾਂਭਦਾ ਹੈ, ਮਗਰੋਂ ਜੇ ਕਹੀਏ ਮੈਨੂੰ ਪਤਾ ਸੀ ਉਹਦਾ ਕੀ ਫਾਇਦਾ, ਪਹਿਲਾਂ ਸੰਭਾਲਣਾ ਚਾਹੀਦਾ ਮੌਕਾ। ਗੁਰੂ ਅਮਰਦਾਸ ਪਰਖਦੇ ਹੈ, ਕਹਿੰਦੇ ਧੀਏ ਪਾਣੀ 'ਚ ਖੂਨ ਕਿਉਂ ਆਈ ਜਾਂਦਾ, ਕਿਉਂਕਿ ਕਿੱਲ ਪੈਰ 'ਚ ਖੁੱਭ ਗਿਆ ਖੂਨ ਨਿਕਲਿਆ ਆ। ਬੀਬੀ ਭਾਨੀ ਚੁੱਪ, ਹੱਥ ਬੰਨ ਕੇ ਕਹਿੰਦੀ ਪਾਤਸ਼ਾਹ ਜਦੋਂ ਪੁੱਛਿਆ ਸੀ ਨਾ ਗੁਰੂ ਜੀ ਨੇ ਵੀ ਪਾਣੀ ਮੈਲਾ ਕਿਉਂ ਹੈ, ਕਹਿੰਦੀ ਅੱਗੇ ਤੋਂ ਕਿਰਪਾ ਕਰ ਦਿਓ ਮੈਂ ਸਾਫ ਲਿਆਵਾਂਗੀ, ਬਲ ਬਖਸ਼ੋ। ਮਹਾਰਾਜ ਹੱਸ ਪਏ, ਕਹਿੰਦੇ ਧੀਏ ਮੈਨੂੰ ਪਤਾ ਹੈ, ਪਰ ਮੈਂ ਤਾਂ ਇਹ ਵੇਖਣਾ ਸੀ ਵੀ ਇਹਨੇ ਕੰਮ ਤਾਂ ਵਧੀਆ ਕੀਤਾ ਹੈ, ਕਿਤੇ ਜਣਾਉਂਦੀ ਤਾਂ ਨਹੀਂ ਵਾਲਾ, ਕਿਉਂਕਿ ਕੁਛ ਲੋਕ ਉਹ ਹੁੰਦੇ ਆ ਕਰਦੇ ਥੋੜ੍ਹਾ ਦਿਖਾਵਾ ਵਾਲਾ ਕਰਨਗੇ, ਕੁਛ ਉਹ ਹੁੰਦੇ ਨੇ ਜਿਹਨਾਂ ਦਾ ਕੰਮ ਤੱਕ ਹੀ ਧਿਆਨ ਹੈ, ਫਿਰ ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ, ਉਹਨਾਂ ਦਾ ਕੰਮ ਬੋਲਦਾ। ਆਪਾਂ ਵੀ ਇਹ ਜ਼ਿੰਦਗੀ 'ਚ ਕਮਾਉਣਾ, ਕਹਿਣਾ ਨਾ ਪਵੇ ਮੈਂ ਇੱਦਾਂ ਦਾ, ਕੰਮ ਬੋਲੇ, ਦੂਜਾ ਪੁੱਛੇ ਵੀ ਆਹ ਕਿਹਨੇ ਕੀਤਾ, ਫਿਰ ਆਨੰਦ ਹੁੰਦਾ ਗੁਰੂ।
ਗੁਰੂ ਅਮਰਦਾਸ ਕਹਿੰਦੇ ਧੀਏ ਤੇਰੀ ਸੇਵਾ ਪ੍ਰਵਾਨ, ਜੋ ਕੁਛ ਮੰਗਣਾ ਮੰਗ ਲੈ, ਮੈਂ ਬਹੁਤ ਖੁਸ਼ ਹਾਂ ਤੇਰੇ ਤੋਂ। ਤੇ ਉਦੋਂ ਮੰਗਿਆ ਪਤਾ ਕੀ? ਮਾਈਓ ਖਾਸ ਕਰਕੇ ਧਿਆਨ ਦੇਣਾ ਇਸ ਗੱਲ ਵੱਲ ਵੀ ਮੰਗਣਾ ਕੀ ਹੈ। ਕਹਿੰਦੀ ਪਾਤਸ਼ਾਹ ਜੇ ਖੁਸ਼ ਹੋ ਇੰਨੀ ਕੁ ਕਿਰਪਾ ਕਰ ਦਿਓ, ਘਰ ਦੀ ਵਸਤੂ ਘਰ 'ਚ ਰਹਿ ਜੇ, ਆਹ ਜਿਹੜੀ ਗੁਰਗੱਦੀ ਦੀ ਸੇਵਾ ਇਹ ਮੇਰੀ ਕੁਲ ਨੂੰ ਮਿਲ ਜੇ। ਜਦੋਂ ਆਹ ਗੱਲ ਬੀਬੀ ਭਾਨੀ ਨੇ ਆਖੀ ਤੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਧੀਏ ਇਹ ਕੀ ਮੰਗ ਲਿਆ ਤੂੰ? ਤੈਨੂੰ ਪਤਾ ਹੈ ਤੂੰ ਸਮੁੰਦਰ ਨੂੰ ਬੰਨ ਪਾਉਣ ਲੱਗੀ, ਇਹ ਚੱਲਦੇ ਹੋਏ ਸਾਗਰ ਨੂੰ ਬੰਨ ਪਾਉਣੀ ਹੈ ਤੂੰ? ਕਹਿੰਦੇ ਸਰਤਾ ਜਲ ਚਲਤਾ ਤੈ ਰੋਕਿਓ। ਕਹਿੰਦੇ ਸਮੁੰਦਰ ਨੂੰ ਬੰਨ ਪਾਉਣਾ ਕੋਈ ਸੌਖਾ ਨਹੀਂ ਹੈ। ਕਹਿੰਦੀ ਮਹਾਰਾਜ ਕੀ ਗੱਲ? ਸਤਿਗੁਰ ਕਹਿੰਦੇ ਚੰਗਾ ਅੱਖਾਂ ਬੰਦ ਕਰ। ਅੱਖਾਂ ਕਰਾ ਲਈਆਂ ਬੰਦ, ਗੁਰੂ ਅਮਰਦਾਸ ਨੇ ਸਿਰ ਤੇ ਹੱਥ ਧਰਿਆ, ਐਂ ਫਿਲਮ ਵਾਂਗੂ ਫਿਲਮ ਚੱਲ ਪਈ ਅੱਖਾਂ ਸਾਹਮਣੇ, ਕੋਈ ਤੱਤੀ ਤਵੀ ਤੇ ਬੈਠਾ ਹੈ, ਕੋਈ ਯੁੱਧ ਕਰ ਰਿਹਾ ਧਰਮ ਦੇ, ਕੋਈ ਦਿੱਲੀ 'ਚ ਸੀਸ ਕਟਾਈ ਜਾਂਦਾ, ਕਿਸੇ ਨੂੰ ਨੀਹਾਂ 'ਚ ਚਿਣਿਆ ਜਾ ਰਿਹਾ, ਤੇ ਕਿਸੇ ਦੇ ਨੌਜਵਾਨ ਪੁੱਤਰ ਅੱਖਾਂ ਸਾਹਮਣੇ ਸ਼ਹੀਦੀਆਂ ਪਾਈ ਜਾਂਦੇ ਹੈ। ਇੰਨੇ ਨੂੰ ਅੱਖ ਖੁੱਲ ਗਈ, ਸਰਹੰਦ ਤੱਕ ਦਾ ਸਾਰਾ ਹਾਲ ਦਿਖਾਤਾ ਸੀ। ਇੱਕ ਇਹ ਵੀ ਯਾਦ ਰੱਖਿਓ, ਛੋਟੇ ਸਾਹਿਬਜ਼ਾਦਿਆਂ ਤੱਕ ਸ਼ਹੀਦੀ ਮੰਨੀ ਜਾਂਦੀ ਹੈ ਨਾ, ਇਹ ਬੀਬੀ ਭਾਨੀ ਤੋਂ ਕੋਲ ਚੱਲੀ ਸੀ, ਸੋਢੀ ਕੋਲ। ਹੁਣ ਜਦੋਂ ਇੰਨਾ ਕੁਛ ਦੇਖ ਲਿਆ, ਗੁਰੂ ਅਮਰਦਾਸ ਕਹਿੰਦੇ ਕੀ ਲੈਣੀ ਹੈ ਸੇਵਾ? ਜੇ ਤਾਂ ਹੁੰਦਾ ਨਾ ਆਪਣੇ ਅਰਗਾ ਲਾਲਚੀ ਬੰਦਾ, ਫਿਰ ਤਾਂ ਕਹਿਣਾ ਸੀ ਵੀ ਨਹੀਂ ਨਹੀਂ ਇਹ ਨਹੀਂ, ਇੰਨੇ ਦੁੱਖ ਨਹੀਂ, ਕਿਉਂਕਿ ਦੁਖੀ ਕੰਮ ਕਰਕੇ ਕੋਈ ਰਾਜੀ ਨਹੀਂ ਗੁਰਮੁਖੋਂ, ਬੈਠੇ ਹੀ ਸਭ ਕੁਛ ਭਾਲਦੇ ਆ। ਮਹਾਰਾਜ ਕਹਿੰਦੇ ਜੇ ਗੁਰਗੱਦੀ ਦੀ ਸੇਵਾ ਲੈਣੀ ਹੈ, ਤੇਰੇ ਪੁੱਤਰ ਨੂੰ ਤੱਤੀ ਤਵੀ ਤੇ ਬਹਿਣਾ ਪਏਗਾ। ਹੁਣ ਮਾਈਆਂ ਬੈਠੀਆਂ, ਕੋਈ ਮਾਂ ਐਸੀ ਹੈ ਜਿਹਨੂੰ ਪਤਾ ਹੋਵੇ ਵੀ ਮੇਰੇ ਪੁੱਤ ਤੇ ਇੰਨੇ ਦੁੱਖ ਆਉਣੇ ਹੈ? ਆਪਾਂ ਤਾਂ ਸੁੱਖ ਲੱਭਦੇ ਹਾਂ, ਭਲਾ ਚਾਹੁੰਦੇ ਹਾਂ, ਤਾਂ ਹੀ ਤਾਂ ਕਈ ਆਹ ਹੁਣ ਸਿਆਲਾਂ 'ਚ ਦੇਖਿਓ 7-7 ਵਜੇ ਹੀ ਮਾਈਆਂ ਸੜਕਾਂ 'ਤੇ ਲਈ ਖੜੀਆਂ ਹੁੰਦੀਆਂ ਨਿਆਣਿਆਂ ਨੂੰ ਵੀ ਪੜ੍ਹਾ ਕੇ ਆਹ ਬਣਾ ਦਈਏ ਉਹ ਬਣਾ ਦਈਏ। ਪਰ ਬੀਬੀ ਭਾਨੀ ਦਾ ਅੱਜ ਨਾਂ ਤਾਂ ਲੈਂਦੇ ਹਾਂ, ਉਹਨੂੰ ਪਤਾ ਸੀ ਵੀ ਇਹਨੇ ਤੱਤੀ ਤਵੀ 'ਤੇ ਬਹਿਣਾ, ਦੁੱਖ ਆਉਣਗੇ, ਫਿਰ ਵੀ ਸੇਵਾ ਨਹੀਂ ਛੱਡੀ। ਆਖੋ ਸਤਨਾਮ। ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਬੀਬੀ ਭਾਨੀ ਦੇ ਪੁੱਤਰ ਹੋਏ ਨੇ। ਇੰਨੇ ਦੁੱਖ ਆਉਣਗੇ, ਕਹਿੰਦੇ ਤੇਰੇ ਪੁੱਤਰ ਨੂੰ ਤੱਤੀ ਤਵੀ 'ਤੇ ਬਹਿਣਾ ਪੈਣਾ ਹੈ, ਅੱਗੇ ਫਿਰ ਤੇਰੇ ਪੋਤਰੇ ਗੁਰੂ ਹਰਗੋਬਿੰਦ ਸਾਹਿਬ ਨੂੰ ਜੰਗ ਯੁੱਧ ਕਰਨੇ ਪੈਣਗੇ, ਤੇਰੇ ਪੋਤੇ ਦੇ ਪੁੱਤਰ ਗੁਰੂ ਤੇਗ ਬਹਾਦਰ, ਇਹ ਛੇਵੇਂ ਪਾਤਸ਼ਾਹ ਦੇ ਪੁੱਤਰ ਸੀ, ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ, ਉਹਨੂੰ ਵੀ ਦੀਨ ਦੁਨੀਆਂ ਦੀ ਰਾਖੀ ਵਾਸਤੇ ਦਿੱਲੀ 'ਚ ਸੀਸ ਕਟਾਉਣਾ ਪਏਗਾ। ਅੱਗੇ ਤੇਰੇ ਪੋਤਰੇ ਦੇ ਪੋਤਰਿਆਂ ਨੂੰ ਕਿੰਨੇ ਦੁੱਖ ਸਹਿਣੇ ਪੈਣਗੇ, ਸਾਰਾ ਹਾਲ ਦਿਖਾਤਾ ਸੀ। ਬੀਬੀ ਭਾਨੀ ਨੇ ਫਿਰ ਵੀ ਹੱਥ ਬੰਨ ਕੇ ਅਰਜ ਕੀਤੀ ਸੀ, ਦਾਤਾ ਜਿੰਨੇ ਵੀ ਦੁੱਖ ਆ ਜਾਣ ਅਸੀਂ ਭਾਣੇ ਨੂੰ ਮਿੱਠਾ ਕਰਕੇ ਮੰਨ ਲਾਂਗੇ,
ਪਰ ਮੇਰੀ ਕੋਲ ਗੁਰੂ ਘਰ ਨਾਲ ਜੁੜੀ ਹੋਈ ਰਹਿਣੀ ਚਾਹੀਦੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੰਗਿਆ ਸੀ ਤਾਂ ਹੀ ਤਾਂ ਦੇਖੋ ਛੋਟੇ ਸਾਹਿਬਜ਼ਾਦਿਆਂ ਨੂੰ ਵੀ ਕਿੰਨੇ ਲਾਲਚ ਦਿੱਤੇ, ਕਿੰਨੇ ਡਰਾਵੇ ਦਿੱਤੇ, ਤਾਂ ਵੀ ਨਹੀਂ ਬਦਲੇ। ਇਹ ਚੱਲਿਆ ਕਿੱਥੋਂ ਸੀ ਕੰਮ? ਬੀਬੀ ਭਾਨੀ ਤੋਂ। ਫਿਰ ਗੁਰਮੁਖ ਪਿਆਰਿਓ ਗੁਰੂ ਅਮਰਦਾਸ ਮਹਾਰਾਜ ਖੁਸ਼ ਹੋ ਗਏ। ਜਦੋਂ ਕਹਿਤਾ ਨਾ ਵੀ ਭਾਣੇ ਨੂੰ ਮਿੱਠਾ ਕਰਕੇ ਮੰਨ ਲਾਂਗੇ। ਫਿਰ ਕਹਿੰਦੇ ਸੀ ਚੰਗਾ ਬੁਲਾ ਤੇਰੇ ਪਤੀ ਨੂੰ, ਬੁਲਾ ਲਿਆ ਭਾਈ ਜੇਠਾ ਜੀ ਨੂੰ। ਸੇਵਾ ਉਹਨਾਂ ਦੀ ਵੀ ਬਹੁਤ ਸੀ, ਗੁਰਗੱਦੀ ਦਿੱਤੀ। ਤੇ ਇੱਕ ਗੱਲ ਇਹ ਵੀ ਦੱਸਦੇ ਆ, ਗੁਰੂ ਅਮਰਦਾਸ ਕਹਿੰਦੇ ਤੇਰੇ ਪਤੀ ਨੇ ਪਰਸੋਂ ਨੂੰ ਮਰ ਜਾਣਾ ਸੀ, ਕਹਿੰਦੇ ਮਰ ਜਾਣਾ ਸੀ ਇਹਨੇ, ਪਰ ਤੁਸੀਂ ਕਿਹਾ ਵੀ ਅਸੀਂ ਭਾਣੇ 'ਚ ਰਵਾਂਗੇ। ਲੈ ਧੀਏ ਇਹਦੀ ਜਗ੍ਹਾ 'ਤੇ ਮੈਂ ਸੰਸਾਰ ਤੋਂ ਚੱਲਿਆਂ, ਗੁਰਗੱਦੀ ਇਹਨੂੰ ਦਿੰਦੇ ਹਾਂ ਫਿਰ ਤਾਂ ਕਿ ਕੁਲ ਅੱਗੇ ਚੱਲੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। 8 ਸਾਲ ਤੋਂ ਉੱਤੇ ਦਾ ਸਮਾਂ, ਉਮਰ ਵੀ ਗੁਰੂ ਅਮਰਦਾਸ ਜੀ ਨੇ ਆਪਣੀ ਦਿੱਤੀ ਸੀ, ਆਪ ਸਰੀਰ ਛੱਡਤਾ, ਭਾਈ ਜੇਠੇ ਦੀ ਉਮਰ ਵਧਾਤੀ। ਇਹ 'ਚ ਸ਼ੰਕਾ ਨਾ ਸਮਝਿਓ ਕੋਈ, ਕਿਉਂਕਿ ਹੁਣ ਨਾ ਸਾਨੂੰ ਪ੍ਰਚਾਰ ਕਰਨਾ ਬਹੁਤ ਔਖਾ ਹੈ, ਪ੍ਰਚਾਰਕਾਂ ਨੂੰ, ਉਹ ਵੀ ਗੁਰੂ ਘਰ ਦਾ, ਕਿਉਂਕਿ ਲੋਕ ਇਹੋ ਜਿਹੇ ਹੋ ਗਏ ਕੁਛ ਤਾਂ, ਜੇ 4 ਮਸਾਲੇ ਲਾ ਕੇ ਗੱਲਾਂ ਸੁਣਾਈਏ ਕਈ ਉਹਨੂੰ ਚੰਗਾ ਸਮਝਦੇ ਹੈ, ਪਰ ਕੁਛ ਕੁ ਤੁਹਾਡੇ ਵਰਗੇ, ਜਿਵੇਂ ਅੱਜ ਸਿਰਫ ਗੁਰੂ ਦੀ ਗੱਲ ਚੱਲਦੀ ਹੈ, ਬੜੇ ਪਿਆਰ ਨਾਲ ਮਾਈਆਂ ਅਤੇ ਭਾਈ ਵੀ ਬੈਠੇ ਹੋ, ਮੈਨੂੰ ਐਂ ਲੱਗਦਾ ਵੀ ਤੁਸੀਂ ਗੁਰੂ ਵਾਲੇ ਹੋ ਸਾਰੇ, ਕਿਉਂਕਿ ਬਹੁਤੇ ਤਾਂ ਹੁਣ ਉਹ ਨੇ ਨਿੰਦਿਆ ਚੁਗਲੀ ਸੁਣ ਕੇ ਵਾਹਲੇ ਖੁਸ਼ ਹੁੰਦੇ ਹੈ। ਜਿਵੇਂ ਗੁਰੂ ਅਮਰਦਾਸ ਜੀ ਦਾ ਜ਼ਿਕਰ ਕਰ ਰਿਹਾ ਵੀ ਉਮਰ ਵਧਾਈ ਆਪਣੇ ਦਮਾਦ ਦੀ, ਗੁਰੂ ਹਰਗੋਬਿੰਦ ਜੀ ਦੇ ਸਪੁੱਤਰ ਬਾਬਾ ਅਟਲ ਜੀ ਨੇ ਆਪਣੇ ਮਿੱਤਰ ਦੀ ਵੀ ਉਮਰ ਵਧਾਤੀ ਸੀ, ਜਿਉਂਦਾ ਕਰਤਾ ਸੀ। ਬਾਬਾ ਅਟਲ ਪੱਕੀਆਂ ਪਕਾਈਆਂ, ਕੱਲ੍ਹ ਜਾਓ ਅੰਮ੍ਰਿਤਸਰ ਦਰਸ਼ਨ ਕਰਿਓ। ਬਾਬਾ ਗੁਰਦਿੱਤਾ ਜੀ ਨੇ ਮਰੀ ਹੋਈ ਗਊ ਜਿਉਂਦੀ ਕੀਤੀ, ਬੋੜਾ ਹੁੰਦਾ ਰਿਹਾ, ਐਵੇਂ ਤਾਂ ਨਹੀਂ ਉਹਨਾਂ ਨੂੰ ਪੂਜਦੇ ਗੁਰਮੁਖੋ। ਹੁਣ ਅਰਜ਼ ਕਰ ਰਿਹਾ ਸਾਂ ਵੀ ਜੇ ਧੀ ਹੋਵੇ ਤਾਂ ਬੀਬੀ ਭਾਨੀ ਵਰਗੀ ਹੋਵੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਿੱਖੀ ਦੀ ਦਾਤ ਮੰਗੀ ਉਹਨੇ, ਅਗਲਾ ਰੂਪ ਹੈ ਉਹੀ ਧੀ ਭੈਣ ਜਦੋਂ ਵਿਆਹੁੰਦੇ ਆ ਫਿਰ ਉਹ ਪਤਨੀ ਬਣਦੀ ਹੈ ਨਾ ਅੱਗੇ ਜਾ ਕੇ, ਵੀ ਜੇ ਪਤਨੀ ਹੋਵੇ ਤਾਂ ਪਤਨੀ ਕਿੱਦਾਂ ਦੀ ਹੋਵੇ? ਕਹਿੰਦੇ ਨੇ ਪਤਨੀ ਹੋਵੇ ਮਾਤਾ ਖੀਵੀ ਵਰਗੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਾਤਾ ਖੀਵੀ ਦਾ ਜਨਮ ਸੰਗਰ ਪਿੰਡ ਹੋਇਆ ਹੈ, ਖਡੂਰ ਸਾਹਿਬ ਦੇ ਲਾਗੇ। ਤੇ ਇੱਧਰ ਗੁਰੂ ਅੰਗਦ ਦੇਵ ਦੂਸਰੇ ਸਤਿਗੁਰੂ, ਕਈਆਂ ਨੂੰ ਪਤਾ ਨਹੀਂ ਹੋਣਾ, ਲਓ ਬੇਨਤੀ ਕਰਦੇ ਹਾਂ, ਮਾਤਾ ਖੀਵੀ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਦੇ ਘਰੋਂ ਸੀ, ਧਰਮ ਪਤਨੀ। ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਮ ਸੀ ਭਾਈ ਲਹਿਣਾ। ਇਹਨਾਂ ਦਾ ਜਨਮ ਤਾਂ ਹੋਇਆ ਮੱਤੇ ਕੀ ਸਰਾਮ, ਆ ਬਠਿੰਡੇ ਲਾਗੇ ਹੀ ਹੈ। ਪਿਤਾ ਫੇਰੂ ਮੱਲ ਦੇ ਘਰ, ਮਾਤਾ ਦਇਆ ਦੇਈ ਦੀ ਕੁੱਖੋਂ, ਦਇਆ ਕੌਰ ਵੀ ਕਈ ਲਿਖਦੇ ਹੈ। ਪਰ ਇਹ ਜਿਹੜਾ ਪਿੰਡ ਸੀ ਇਹ ਡਾਕੂਆਂ ਦੀ ਧਾੜ ਆਈ ਤੇ ਲੁੱਟ ਪੁੱਟ ਲਿਆ ਗੁਰਮੁਖ, ਕਿਉਂਕਿ ਉਦੋਂ, ਹੁਣ ਤਾਂ ਦੇਖੋ ਮੌਜਾਂ ਆਪਣੇ ਇਲਾਕੇ 'ਚ ਵੀ, ਪਹਿਲਾਂ ਜ਼ਿਆਦਾਤਰ ਕਾਲ ਪੈਣ ਕਰਕੇ ਨਾ ਵਸੋਂ ਨਹੀਂ ਸੀ ਹੁੰਦੀ ਗੁਰਮੁਖੋ, ਲੋਕ ਜੰਗਲਾਂ 'ਚ ਰਹਿੰਦੇ ਸੀ, ਕਿੰਨਾ ਕੁ ਥਾਂ ਕੋਈ ਦੱਬ ਕੇ ਬਹਿ ਗਿਆ, ਕਿੰਨਾ ਕੁ ਕੋਈ ਕੱਚੇ ਘਰ ਹੁੰਦੇ, ਐਂ ਵਸੇਬਾ ਕਰਦੇ ਸੀ। ਅਤੇ ਮੱਤੇ ਕੀ ਸਰਾਂ, ਵਾਹਵਾ ਲੋਕ ਵੱਸਦੇ ਸੀ, ਪਰ ਡਾਕੂ ਆਏ ਸਾਰੇ ਘਰਾਂ ਨੂੰ ਲੁੱਟ ਕੇ ਲੈ ਗਏ। ਇਹ ਲੋਕ ਡਰਦੇ ਮਾਰੇ
ਖਡੂਰ ਸਾਹਿਬ ਜਾ ਕੇ ਰਹਿਣ ਲੱਗ ਗਏ ਸੀ। ਭਾਈ ਲਹਿਣਾ ਜੀ ਖਡੂਰ ਸਾਹਿਬ ਰਹਿੰਦੇ ਹੁੰਦੇ, ਉੱਥੇ ਦੁਕਾਨ ਕਰਦੇ ਸੀ। ਭਾਈ ਸੀਹੇ ਦਾ ਜੀਵਨ ਦੇਖ ਕੇ ਪ੍ਰਭਾਵਿਤ ਹੋ ਗਏ ਤੇ ਗੁਰੂ ਨਾਨਕ ਦੇ ਚਰਨੀ ਲੱਗ ਗਏ ਜਾ ਕੇ ਭਾਈ ਲਹਿਣਾ ਜੀ। ਪਰ ਪਿੱਛੇ ਜੇ ਪਰਿਵਾਰ ਦੇਖੋ, ਮਾਤਾ ਖੀਵੀ ਦੇ ਚਾਰ ਬੱਚੇ ਸੀ, ਦੋ ਧੀਆਂ ਬੀਬੀ ਅਮਰੋ ਤੇ ਅਨੋਖੀ, ਦੋ ਪੁੱਤਰ ਨੇ ਭਾਈ ਦਾਤੂ ਤੇ ਭਾਈ ਦਾਸੂ ਜੀ। ਹੁਣ ਭਾਈ ਲਹਿਣਾ ਜੀ ਤਾਂ ਬਣ ਗਏ ਗੁਰੂ ਨਾਨਕ ਦੇ ਸੇਵਾਦਾਰ, ਮਗਰ ਚਾਰ ਬੱਚੇ ਉਹਨਾਂ ਦੀ ਪਾਲਣਾ ਗੁਰਮੁਖ ਪਿਆਰਿਓ ਮਾਤਾ ਖੀਵੀ ਨੇ ਕੀਤੀ ਹੈ। ਜੇ ਤਾਂ ਹੁੰਦਾ ਨਾ ਹੁਣ ਵਾਲਾ ਸਮਾਂ ਛੱਡ ਕੇ ਜਵਾਕਾਂ ਨੂੰ ਝੋਲਾ ਚੱਕ ਕੇ ਭੱਜ ਜਾਣਾ ਸੀ ਵੀ ਮੈਂ ਕੀ ਤੇਰੀ ਔਲਾਦ ਦਾ ਕਰਾਂ, ਏਦਾਂ ਨਹੀਂ ਭਾਈ। ਵੱਡਾ ਸਬਰ ਸੰਤੋਖ ਹੈ ਮਾਈਆਂ ਦਾ। ਹੁਣ ਵੀ ਕਈ ਸਿਆਣੀਆਂ ਕੋਈ ਬੱਚਿਆਂ ਦੇ ਮੂੰਹ ਨੂੰ, ਕੋਈ ਘਰ ਦੇ ਮੂੰਹ ਨੂੰ, ਕੋਈ ਮਾਂ ਪਿਓ ਦੀ ਇੱਜ਼ਤ ਵੱਲ ਦੇਖਦੇ ਆ, ਘਰ ਬਚਾਈ ਬੈਠੀਆਂ। ਸਾਰੇ ਨਹੀਂ ਮਾੜੇ ਹੁੰਦੇ ਪਿਆਰਿਓ। ਹੁਣ ਮਾਤਾ ਖੀਵੀ ਨੇ ਘਰ ਨੂੰ ਸੰਭਾਲਣਾ, ਚਾਰ ਬੱਚਿਆਂ ਦੀ ਪਰਵਰਿਸ਼ ਕਰਨੀ, ਕਦੇ ਮੱਥੇ ਵੱਟ ਨਹੀਂ ਸੀ ਪਾਇਆ ਵੀ ਤੂੰ ਤਾਂ ਬਾਬਿਆਂ ਦਾ ਸੇਵਾਦਾਰ ਬਣਿਆ ਬੈਠਾ, ਮੈਂ ਕੀ ਕਰਾਂ। ਫਿਰ ਵੀ ਕਹਿਣਾ ਸਵਾਮੀ ਜੀ ਤੁਸੀਂ ਚਿੰਤਾ ਨਾ ਕਰਿਓ, ਗੁਰੂ ਨਾਨਕ ਦੇ ਘਰ ਦੀ ਸੇਵਾ ਕਰਿਓ, ਮਨ ਲਾ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਨਾਲੇ ਉਦੋਂ ਕਿਹੜਾ ਤਨਖਾਹਾਂ ਮਿਲਦੀਆਂ ਸੀ ਭਾਈ, ਫਰੀ ਸੇਵਾ ਸੀ। ਮਾਤਾ ਖੀਵੀ ਨੇ ਪਰਿਵਾਰ ਨੂੰ ਸੰਭਾਲਣਾ ਤੇ ਮਾਤਾ ਖੀਵੀ ਨੇ ਸਿੱਖਿਆ ਬੱਚਿਆਂ ਨੂੰ ਪਤਾ ਕਿਹੋ ਜਿਹੀ ਦਿੱਤੀ, ਧੀ ਨੂੰ ਸਿੱਖਿਆ ਮਾਂ ਦੇ ਸਕਦੀ ਹੈ, ਮਾਂ ਮਾਂ ਤੇ ਧੀ ਦਾ ਵੱਡਾ ਪਰਦਾ ਦੱਸਿਆ। ਤੇ ਆਪਣੀ ਧੀ ਨੂੰ ਇਹ ਜੀ ਸਿੱਖਿਆ ਦਿੱਤੀ ਸੀ ਮਾਤਾ ਖੀਵੀ ਨੇ, ਬੀਬੀ ਅਮਰੋ ਵਿਆਹੀ ਗਈ ਗੁਰਮੁਖੋ। ਜਦੋਂ ਵਿਆਹੀ, ਵਿਆਹੀ ਕਿਹਨੂੰ ਹੈ, ਜਿਹੜੇ ਬਾਅਦ ਚ ਗੁਰੂ ਅਮਰਦਾਸ ਬਣੇ ਤੀਸਰੇ ਪਾਤਸ਼ਾਹ। ਪਹਿਲਾਂ ਇਹਨਾਂ ਦਾ ਨਾਂ ਸੀ ਅਮਰੂ, ਬਾਬਾ ਅਮਰੂ ਕਹਿੰਦੇ ਸੀ। ਉਹਦੇ ਭਤੀਜੇ ਨੂੰ ਵਿਆਹੀ ਗਈ ਤੇ ਬਾਬਾ ਅਮਰਦਾਸ ਧਰਮੀ ਪੁਰਸ਼ ਸੀ, ਚਾਹੁੰਦੇ ਸੀ ਵੀ ਮੈਨੂੰ ਕਿਤੇ ਸ਼ਾਂਤੀ ਮਿਲੇ, ਰੱਬ ਦਾ ਗਿਆਨ ਮਿਲੇ, ਮੈਂ ਗੁਰੂ ਵਾਲਾ ਬਣ ਜਾਂ। ਪਰ ਸੱਚਾਈ ਨਹੀਂ ਸੀ ਲੱਭਦੀ। 72 ਸਾਲ ਹੋ ਗਏ ਸੀ ਬਾਬਾ ਅਮਰਦਾਸ ਜੀ ਨੂੰ, ਕਦੇ ਕਿਤੇ ਤੀਰਥ ਤੇ ਜਾ ਕੇ ਇਸ਼ਨਾਨ ਕਰਨਾ, ਕਦੇ ਕਿਤੇ ਜਾਣਾ, ਕਦੇ ਕਿਤੇ ਜਾਣਾ, ਪਰ ਮਨ ਨਹੀਂ ਸੀ ਟਿਕਦਾ। ਜਦੋਂ ਬੀਬੀ ਅਮਰੋ ਇਹਨਾਂ ਦੇ ਭਤੀਜੇ ਨੂੰ ਵਿਆਹੀ ਗਈ ਤੇ ਆਪਣੀ ਭਤੀਜ ਨੂੰ ਤੋਂ ਸੁਣੀ ਬਾਣੀ ਸਵੇਰੇ ਸਵੇਰੇ, ਨਾਲੇ ਤਾਂ ਦੁੱਧ ਰਿੜਕੀ ਜਾਵੇ, ਨਾਲੇ ਉੱਚੀ ਉੱਚੀ ਜਪਜੀ ਸਾਹਿਬ ਦਾ ਪਾਠ ਕੀਤਾ, ਜੇ ਯੁੱਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ। ਬਚਨ ਪੜ੍ਹੇ ਜਦੋਂ ਸੁਣੀ ਬਾਣੀ ਤੇ ਬਾਬਾ ਅਮਰਦਾਸ ਫਿਰ ਚਰਨੀ ਡਿੱਗ ਪਏ ਜਾ ਕੇ, ਕਹਿੰਦੇ ਧੀਏ ਆ ਜਿਹੜਾ ਗਿਆਨ ਤੈਂ ਸਵੇਰੇ ਸਵੇਰੇ ਪੜ੍ਹਿਆ ਇਹ ਸਾਨੂੰ ਤਾਂ ਮਿਲਿਆ ਹੀ ਨਹੀਂ ਕਿਤੋਂ, ਐਡੀ ਵੱਡੀ ਗੱਲ ਇਹ ਕੀ ਪੜ੍ਹਦੀ ਸੀ। ਕਹਿੰਦੀ ਪਿਤਾ ਜੀ ਇਹ ਹੈ ਗੁਰੂ ਨਾਨਕ ਸਾਹਿਬ ਦੀ ਬਾਣੀ। ਕਹਿੰਦਾ ਵੀ ਜੇ ਉਹ ਗੁਰੂ ਦੇ ਮੈਨੂੰ ਦਰਸ਼ਨ ਹੋ ਜਾਣ। ਕਹਿੰਦੀ ਗੁਰੂ ਨਾਨਕ ਸਾਹਿਬ ਤਾਂ ਨਹੀਂ ਹੈਗੇ, ਉਹਨਾਂ ਦੀ ਜਗ੍ਹਾ ਮੇਰੇ ਪਿਤਾ ਜੀ ਸੇਵਾ ਨਿਭਾਉਂਦੇ ਹੈ। ਫਿਰ ਬਾਬਾ ਅਮਰਦਾਸ ਕਹਿੰਦੇ ਮੈਨੂੰ ਲੈ ਕੇ ਚੱਲ,
ਉਹ ਕਹਿੰਦੀ ਵੀ ਮੈਨੂੰ ਤਾਂ ਪਿਤਾ ਨੇ ਸਮਝਾਇਆ ਸੀ ਵੀ ਪੇਕਿਆਂ ਦੇ ਘਰ ਤੋਂ ਤੁਰਦੀ ਹੈ ਧੀ ਦੀ ਡੋਲੀ, ਜਿੰਨਾ ਚਿਰ ਅਸੀਂ ਬੁਲਾਈਏ ਨਾ ਤਾਂ ਆਉਣਾ ਨਹੀਂ, ਜੇ ਸਹੁਰਿਆਂ ਦੇ ਘਰੋਂ ਉੱਠੇ ਤੇਰੀ ਅਰਥੀ ਹੋਈ ਉੱਠੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਿਨਾਂ ਕੰਮ ਤੋਂ ਕਹਿੰਦੀ ਮੈਂ ਕਿਉਂ ਜਾਵਾਂ। ਬਾਬਾ ਅਮਰਦਾਸ ਕਹਿੰਦੇ ਧੀਏ ਤਾਂ ਬਾਹਲਾ ਵੱਡਾ ਕੰਮ ਹੈ, ਜੇ ਮੈਨੂੰ ਦਰਸ਼ਨ ਕਰਾ ਦੇ। ਫਿਰ ਉਹ ਲੈ ਕੇ ਆਈ ਸੀ, ਇਹੋ ਜਿਹੇ ਦਰਸ਼ਨ ਕਰਾਏ। 72 ਸਾਲ ਲੰਘ ਗਈ ਸੀ ਐਵੇਂ ਉਮਰ, ਫਿਰ ਗੁਰੂ ਸਾਹਿਬ ਦੇ ਚਰਨੀ ਲੱਗ ਗਏ। ਬਾਕੀ ਫਿਰ 12 ਸਾਲ ਗੁਰੂ ਅੰਗਦ ਦੇਵ ਸਾਹਿਬ ਦੀ ਸੇਵਾ ਕੀਤੀ। ਰਿਸ਼ਤਾ ਤਾਂ ਸੀ ਕੁੜਮੋ ਕੁੜਮੀ ਦਾ, ਪਰ ਸੇਵਕ ਬਣ ਕੇ ਜਿਉਂਏ। 12 ਸਾਲ ਦੀ ਕੀਤੀ ਸੇਵਾ, ਸੇਵਾ ਵੀ ਇਹੋ ਜੀ, ਪੁੱਠੇ ਪੈਰੀ ਜਾਣਾ ਗਾਗਰ ਭਰਨ ਬਿਆਸਾ ਦਰਿਆ ਤੋਂ, ਵੀ ਕਿਤੇ ਗੁਰੂ ਵੱਲ ਪਿੱਠ ਨਾ ਹੋ ਜੇ ਗੁਰੂ। ਉਹ ਸੇਵਾ ਦਾ ਫਲ ਸੀ ਬਾਬਾ ਅਮਰਦਾਸ ਗੁਰੂ ਬਣੇ ਤੀਸਰੇ ਸ੍ਰੀ ਗੁਰੂ ਅਮਰਦਾਸ। ਅਤੇ ਉਹਨੂੰ ਜੋੜਨ ਵਾਲੀ ਕੌਣ ਸੀ? ਬੀਬੀ ਅਮਰੋ। ਬੀਬੀ ਅਮਰੋ ਕਿਹਦੀ ਧੀ ਹੈ? ਮਾਤਾ ਖੀਵੀ ਦੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤਾਂ ਬੇਨਤੀ ਕੀਤੀ ਹੈ ਵੀ ਜੇ ਪਤਨੀ ਹੋਵੇ ਮਾਤਾ ਖੀਵੀ ਵਰਗੀ ਹੋਣੀ ਚਾਹੀਦੀ ਹੈ। ਅਤੇ ਆਗਿਆਕਾਰੀ ਪਤਾ ਕਿੰਨੀ ਸੀ? ਜਦੋਂ ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣਾ ਜੀ ਨੂੰ ਗੁਰਗੱਦੀ ਦੇਤੀ, ਗੁਰੂ ਅੰਗਦ ਦੇਵ ਬਣਾਤੇ, ਇਹਨਾਂ ਨੂੰ ਹੁਕਮ ਸੀ ਵੀ ਤੁਸੀਂ ਇੱਥੇ ਨਹੀਂ ਰਹਿਣਾ, ਖਡੂਰ ਸਾਹਿਬ ਜਾਇਓ, ਕਿਉਂਕਿ ਖਡੂਰ ਸਾਹਿਬ ਗੁਰੂ ਨਾਨਕ ਸਾਹਿਬ ਵੀ ਆਏ ਸੀ। ਗੁਰਦੁਆਰਾ ਤਪਿਆਣਾ ਸਾਹਿਬ ਹੈ, ਉੱਥੇ ਗੁਰੂ ਨਾਨਕ ਸਾਹਿਬ ਭਾਈ ਮਰਦਾਨਾ ਜੀ ਵਰਗੇ, ਭਾਈ ਬਾਲਾ ਜੀ ਬਹਿ ਕੇ ਕੀਰਤਨ ਕਰਦੇ ਹੁੰਦੇ ਸੀ ਗੁਰਮੁਖ। ਅਤੇ ਇੱਥੇ ਜਦੋਂ ਆਏ ਬਚਨ ਕਰਕੇ ਗਏ ਸੀ ਵੀ ਇੱਥੇ ਸਾਡੀ ਮੰਜੀ ਹੈ, ਸਮਾਂ ਆਏਗਾ ਗੁਰੂ ਨਾਨਕ ਦੀ ਜੋਤ ਜਗਣੀ ਹੈ ਇੱਥੇ, ਉਹ ਕਾਰਨ ਬਣ ਗਿਆ ਸੀ। ਹੁਣ ਬਚਨ ਕੀਤਾ ਸੀ ਵੀ ਲੈਣਿਆ ਕਰਤਾਰਪੁਰ ਨਹੀਂ ਰਹਿਣਾ, ਤੁਸੀਂ ਖਡੂਰ ਸਾਹਿਬ ਚਲੇ ਜਾਓ। ਜਦੋਂ ਭਾਈ ਲਹਿਣਾ ਜੀ ਗੁਰੂ ਅੰਗਦ ਦੇ ਬਣ ਕੇ ਖਡੂਰ ਸਾਹਿਬ ਆਏ, ਆ ਕੇ ਮਾਤਾ ਭਰਾਈ ਦੇ ਘਰ ਟਿਕੇ ਕੁਝ ਸਮਾਂ, ਬਾਬਾ ਬੁੱਢਾ ਜੀ ਵਰਗੇ ਸੰਗਤ ਲੈ ਕੇ ਆਏ, ਮਾਈ ਭਰਾਈ ਨੂੰ ਪੁੱਛਿਆ ਵੀ ਗੁਰੂ ਅੰਗਦ ਦੇਵ ਕਿੱਥੇ ਨੇ, ਦੱਸੋ। ਉਹ ਕਰ ਗਏ ਚੁੱਪ, ਪਰ ਬਾਬਾ ਬੁੱਢਾ ਜੀ ਕਹਿੰਦੇ ਗੁੱਜੜਾ ਲੱਦਮ ਲਾਲ ਮੱਥੇ ਹੀ ਪ੍ਰਗਟ ਥਿਆ, ਕਹਿੰਦੇ ਤੇਰੇ ਚਿਹਰੇ 'ਤੇ ਜਿਹੜੀ ਖੁਸ਼ੀ ਹੈ ਨਾ, ਉਹ ਦੱਸਦੀ ਹੈ ਵੀ ਤੈਨੂੰ ਗੁਰੂ ਬਾਰੇ ਪਤਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਉੱਥੇ ਹੀ ਬਹਿ ਗਏ, ਚਿਮਟੇ ਢੋਲਕੀਆਂ ਲੈ ਕੇ ਨਾ ਉੱਥੇ ਸ਼ਬਦ ਪੜ੍ਹਿਆ ਸੀ, ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ। ਜਦੋਂ ਪੜ੍ਹੀ ਬਾਣੀ ਗੁਰੂ ਅੰਗਦ ਦੇ ਮਹਾਰਾਜ ਦਰਵਾਜ਼ੇ ਮੂਹਰੇ ਨਾ ਇੱਟਾਂ ਚਿਣੀਆਂ ਸੀ, ਪੱਕੀ ਤਰ੍ਹਾਂ ਬੰਦ ਕੀਤਾ ਸੀ, ਧੱਕਾ ਮਾਰ ਕੇ ਫਿਰ ਆਪ ਹੀ ਬਾਹਰ ਆ ਗਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਬੀਬੀ ਖੀਵੀ ਨੂੰ ਮਿਲਦੇ ਆਪਣੇ ਘਰ ਵਾਲੀ ਨੂੰ, ਨੇਤਰਾਂ ਚੋਂ ਨੀਰ ਵਹਿੰਦਾ ਹੈ, ਕਿਉਂਕਿ ਇੱਕ ਤਾਂ ਗੁਰੂ ਨਾਨਕ ਦੇ ਵਿਛੋੜੇ ਦਾ ਦੁੱਖ। ਮਾਤਾ ਖੀਵੀ ਨੂੰ ਕਹਿੰਦੇ ਮੈਨੂੰ ਗੁਰੂ ਨਾਨਕ ਨੇ ਆ ਗੁਰੂ ਘਰ ਦੀ ਸੇਵਾ ਦੇਤੀ, ਗੁਰਗੱਦੀ ਦੇ ਵਾਰਸ ਬਣਾਤਾ। ਮਾਤਾ ਖੀਵੀ ਹੱਥ ਬੰਨ ਕੇ ਕਹਿੰਦੀ ਸਵਾਮੀ ਜੀ ਤੁਸੀਂ ਤਾਂ ਬਣ ਗਏ ਹੋ ਗੁਰਗੱਦੀ ਦੇ ਮਾਲਕ, ਇੱਥੇ ਰਾਜੇ ਮਹਾਰਾਜੇ ਵੀ ਆਉਣਗੇ, ਸੰਗਤਾਂ ਵੀ ਆਉਣਗੀਆਂ, ਘਰ ਦੀ ਚਿੰਤਾ ਨਾ ਕਰਿਓ, ਗੁਰੂ ਨਾਨਕ ਦੀ ਬਾਣੀ ਦਾ ਪ੍ਰਚਾਰ ਕਰੋ, ਦੱਬ ਕੇ ਕਹਿੰਦੀ।
ਤੁਸੀਂ ਸਾਂਭੋ ਸੰਗਤ ਨੂੰ, ਮੇਰੇ ਵਾਸਤੇ ਕੀ ਉਪਦੇਸ਼ ਆ ਮੈਨੂੰ ਹੁਕਮ ਦਿਓ। ਜਦੋਂ ਆਹ ਬਚਨ ਕਿਹਾ, ਗੁਰੂ ਅੰਗਦ ਦੇਵ ਜੀ ਨੇ ਰੋਂਦਿਆਂ ਰੋਂਦਿਆਂ ਚੱਕ ਕੇ ਨਾ ਟੋਕਰੇ ਚੋਂ ਕੜਛੀ ਫੜਾਤੀ, ਕੜਛੀ, ਕਹਿੰਦੇ ਖੀਵੀ ਤੇਰੇ ਵਾਸਤੇ ਆਹ ਹੁਕਮ ਹੈ, ਲੰਗਰ ਬਣਾਇਆ ਕਰ ਤੇ ਸੰਗਤ ਨੂੰ ਛਕਾਇਆ ਕਰ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਲੰਗਰ ਬਣਾਇਆ ਕਰ ਤੇ ਸੰਗਤ ਨੂੰ ਵਰਤਾਇਆ ਕਰ। ਤੇ ਮਾਤਾ ਖੀਵੀ ਨੇ ਦੇਖੋ, ਪਤੀ ਹੋਵੇ ਗੁਰਗੱਦੀ ਦਾ ਮਾਲਕ, ਉਹਦੇ ਚਰਨਾਂ ਤੇ ਆ ਕੇ ਰਾਜੇ ਮਹਾਰਾਜੇ ਝੁਕਣ ਤੇ ਘਰ ਵਾਲੀ ਸੰਗਤਾਂ ਦੇ ਜੂਠੇ ਭਾਂਡੇ ਮਾਂਜੇ, ਇਹ ਵੀ ਇੱਕ ਵੱਡਾ ਤਿਆਗ ਹੈ। ਇੱਥੇ ਤਾਂ ਮਾੜਾ ਜਿਹਾ ਅਹੁਦਾ ਮਿਲ ਜੇ ਸਾਡੇ ਪੈਰ ਹੀ ਨਹੀਂ ਲੱਗਦੇ, ਅਹੁਦੇ ਵਾਲਾ ਤਾਂ ਮਾਣ ਕਰੇ ਨਾ ਕਰੇ ਕਈ ਵਾਰੀ ਦੂਜੇ ਹੀ ਨਹੀਂ ਗੱਲ ਕਰਦੇ ਗੁਰਮੁਖੋਂ। ਪਰ ਧੰਨ ਮਾਤਾ ਖੀਵੀ, ਇਹੋ ਜਿਹਾ ਬਚਨ ਕਮਾਇਆ। ਕਹਿੰਦੇ ਦੇਸੀ ਘਿਓ ਪਾ ਪਾ ਕੇ ਖੀਰ ਤੇ ਖਿਚੜੀ ਵਰਤਾਉਂਦੀ ਸੀ, ਫਿਰ ਤਾਂ ਹੀ ਉਹਦਾ ਨਾਂ ਦੋ ਵਾਰੀ ਗੁਰੂ ਗ੍ਰੰਥ ਸਾਹਿਬ ਚ ਆਇਆ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਾਤਾ ਖੀਵੀ ਸਹੁ ਸੋਏ ਜਿਨ ਗੋਏ ਉਠਾਲੀ, ਦੂਜੇ ਪਾਸੇ ਲਿਖਿਆ ਬਲਵੰਡ ਖੀਵੀ ਨੇਕ ਜਨ, ਦੋ ਥਾਂ ਨਾਂ ਆਇਆ ਗੁਰੂ ਗ੍ਰੰਥ ਸਾਹਿਬ ਚ। ਉਹ ਬੀਬੀ ਉਹ ਕੋਈ ਹੋਰ ਕੰਮ ਕਰਕੇ ਨਹੀਂ ਆਇਆ, ਇਹ ਨਹੀਂ ਵੀ ਉਹ ਗੁਰੂ ਦੀ ਧਰਮ ਪਤਨੀ ਸੀ, ਹੋਰਾਂ ਦਾ ਨਾਂ ਆ ਗਿਆ ਫਿਰ ਬਾਕੀਆਂ ਦਾ। ਉਹ ਸਿਰਫ ਬੀਬੀ ਖੀਵੀ ਦੀ ਸੇਵਾ ਸੀ, ਘਰ ਵਾਲਾ ਉੱਚੇ ਅਹੁਦੇ ਦਾ ਮਾਲਕ ਹੈ। ਧੰਨ ਮਾਤਾ ਖੀਵੀ, ਜਿਹੜੀ ਸੰਗਤ ਆਉਂਦੀ ਉਹਨੂੰ ਲੰਗਰ ਤਿਆਰ ਕਰ ਕਰਕੇ ਦੇਸੀ ਘਿਓ ਖਿਚੜੀ ਤੇ ਖੀਰ 'ਚ ਪਾ ਪਾ ਕੇ ਵਰਤਾਉਣਾ, ਤੇ ਲੰਗਰ ਵੀ ਐਂ ਛਕਾਉਣਾ ਜਿਵੇਂ ਆਪਦੇ ਪੁੱਤਾਂ ਧੀਆਂ ਨੂੰ ਛਕਾਈਦਾ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹਦਾ ਨਾਂ ਹੈ ਇਤਿਹਾਸ ਵਿੱਚ। ਤਾਂ ਅੱਜ ਕਹਿੰਦੇ ਹਾਂ ਵੀ ਜੇ ਧਰਮ ਪਤਨੀ ਹੋਵੇ ਤਾਂ ਮਾਤਾ ਖੀਵੀ ਵਰਗੀ ਹੋਵੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਅਗਲਾ ਰੂਪ ਮਾਂ ਦਾ ਹੈ। ਜਦੋਂ ਬੱਚੇ ਹੋ ਜਾਂਦੇ ਆ ਫਿਰ ਉਹੀ ਪਤਨੀ ਮਾਂ ਬਣ ਜਾਂਦੀ। ਮਾਂ ਕਿੱਦਾਂ ਦੀ ਹੋਵੇ? ਕਹਿੰਦੇ ਜੇ ਮਾਂ ਹੋਵੇ ਮਾਤਾ ਗੁਜਰ ਕੌਰ ਵਰਗੀ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਾਤਾ ਗੁਜਰੀ ਦਾ ਜੀਵਨ ਬੜਾ ਮੁਸ਼ਕਲਾਂ ਨਾਲ ਬਤੀਤ ਹੋਇਆ। ਗੁਰੂ 9 ਸਾਲ ਦੀ ਉਮਰ 'ਚ ਵਿਆਹ ਹੋਇਆ ਸੀ ਗੁਰੂ ਤੇਗ ਬਹਾਦਰ ਦੇ ਨਾਲ। ਸਾਧ ਸੰਗਤ ਜੀ ਵਿਆਹ ਤੋਂ 34 ਸਾਲਾਂ ਬਾਅਦ ਪੁੱਤਰ ਦਾ ਮੂੰਹ ਵੇਖਿਆ, ਵੱਡੀ ਤਪੱਸਿਆ ਸੀ ਨਾ। ਜ਼ਿਆਦਾਤਰ ਗੁਰੂ ਤੇਗ ਬਹਾਦਰ ਜੀ ਨੇ 26-27 ਸਾਲ ਤਾਂ ਭਗਤੀ ਕੀਤੀ ਬਕਾਲੇ ਨਗਰ। ਉਦੋਂ ਵੀ ਮਾਤਾ ਗੁਜਰੀ ਜੀ ਸੋਟਾ ਫੜ ਕੇ ਪਹਿਰੇ ਤੇ ਖੜੇ ਰਹਿੰਦੇ, ਕਿਤੇ ਪਤੀ ਦੇ ਕੰਮ ਵਿੱਚ ਵਿਘਨ ਨਾ ਪੈ ਜੇ, ਸਾਥ ਦਿੱਤਾ। ਫਿਰ ਗੁਰੂ ਤੇਗ ਬਹਾਦਰ ਜੀ ਨੇ ਆ ਮਾਲਵੇ ਦਾ ਰਟਨ ਕੀਤਾ, ਆਪਣੇ ਇਲਾਕੇ 'ਚ ਵੀ ਆਏ, ਉਦੋਂ ਕਿਹੜਾ ਘਰ ਹੁੰਦੇ ਸੀ। ਤੇ ਗੁਰੂ ਤੇਗ ਬਹਾਦਰ ਦੀ ਜੀਵਨੀ ਪੜ੍ਹਿਓ, ਬਹੁਤਾ ਇਤਿਹਾਸ ਉਹ ਹੈ ਜਿੱਥੇ ਜਾਂਦੇ ਸੀ ਸੰਗਤ ਸਤਿਕਾਰ ਨਹੀਂ ਸੀ ਕਰਦੀ। ਇਹ ਤਾਂ ਗੁਰੂ ਦੀ ਮਹਿਮਾ ਹੀ ਐਸੀ ਸੀ, ਜਿੱਥੇ ਜਿੱਥੇ ਚਰਨ ਪਾ ਗਏ ਅੱਜ ਦੁਨੀਆਂ ਨੂੰ ਸੀਸ ਝੁਕਾਉਣਾ ਪੈਂਦਾ, ਕਿਉਂਕਿ ਕਰਮ ਨੇ ਨਾ ਆਪੋ ਆਪਣੇ। ਪਰ ਕਦੇ ਨਹੀਂ ਸੀ ਸੋਚਿਆ ਵੀ ਸਾਡੀ ਕਦਰ ਤਾਂ ਹੈ ਨਹੀਂ। ਮਾਤਾ ਗੁਜਰ ਕੌਰ ਜੀ ਨਾਲ ਰਹੇ ਆ ਯਾਤਰਾ 'ਚ, ਆਪਣੇ ਇਲਾਕੇ 'ਚ ਵੀ ਆਏ। ਜਦੋਂ ਪੁੱਤਰ ਹੋਇਆ 9 ਸਾਲ ਦਾ, ਉਦੋਂ ਗੁਰੂ ਤੇਗ ਬਹਾਦਰ ਸ਼ਹੀਦੀ ਪਾ ਗਏ।
ਕਿੰਨਾ ਦੁੱਖ ਦਾ ਸਮਾਂ ਸੀ, ਰਾਜੇ ਮਹਾਰਾਜੇ ਸਰਕਾਰਾਂ ਹੋਣ ਵਿਰੋਧੀ, ਅਤੇ ਉਹ ਵੀ ਔਰੰਗਜ਼ੇਬ ਨਾਲ ਟੱਕਰ ਲੈਣੀ ਕੋਈ ਮਾੜੀ ਮੋਟੀ ਗੱਲ ਤਾਂ ਹੈ ਨਹੀਂ ਸੀ। ਗੁਰਮੁਖ ਆਲਮਗੀਰ ਕਿਹਾ ਜਾਂਦਾ ਉਹਨੂੰ, ਵੱਡਾ ਬਾਦਸ਼ਾਹ ਦੁਨੀਆ ਦਾ। ਗੁਰੂ ਤੇਗ ਬਹਾਦਰ ਸ਼ਹੀਦੀ ਪਾ ਗਏ, ਫਿਰ ਵੀ ਜਦੋਂ ਸੀਸ ਲੈ ਕੇ ਭਾਈ ਜੈਤਾ ਜੀ ਆਉਂਦੇ ਨੇ, ਮਾਤਾ ਗੁਜਰੀ ਨੇ ਅਰਦਾਸ ਕੀਤੀ ਸੀ, ਦਾਤਾ ਜਿਵੇਂ ਤੁਸੀਂ ਧਰਮ ਵਿੱਚ ਪਰਪੱਕ ਰਹਿ ਕੇ ਨਿਭਾ ਗਏ ਹੋ ਨਾ, ਸਾਨੂੰ ਵੀ ਨਿਭਾਉਣ ਦਾ ਬਲ ਬਖਸ਼ਿਓ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਦੇ ਹੀ ਨਹੀਂ ਕਿਹਾ ਵੀ ਪੁੱਤ ਰਾਜੀ ਰਵੇ ਜਾਂ ਘਰ 'ਚ ਸੁੱਖ ਰੱਖੇ, ਇਹ ਨਹੀਂ ਸੀ। ਪਹਿਲਾਂ ਪੁੱਤ ਪਾਲਿਆ, ਜਦੋਂ ਫਿਰ ਖੁਸ਼ੀਆਂ ਦਾ ਸਮਾਂ ਆਇਆ, ਜੰਗ ਯੁੱਧ ਸ਼ੁਰੂ ਹੋ ਗਏ। ਕਦੇ ਅਨੰਦਪੁਰ ਸਾਹਿਬ ਨੂੰ ਘੇਰਾ ਪੈ ਗਿਆ, ਕਦੇ ਪੌਂਟਾ ਸਾਹਿਬ ਜਾਣਾ ਪੈ ਗਿਆ, ਕਦੇ ਕਿਤੇ ਦੁੱਖੀ ਸੀ ਜ਼ਿਆਦਾਤਰ। ਜਦੋਂ ਬੱਚੇ ਹੋਏ ਚਾਰ ਸਾਹਿਬਜ਼ਾਦੇ, ਉਦੋਂ ਨੂੰ ਗੁਰਮੁਖ ਪਿਆਰਿਓ ਮਾਤਾ ਜੀਤੋ ਜੀ ਚਲਾਣਾ ਕਰ ਗਏ। ਚਾਰ ਸਾਹਿਬਜ਼ਾਦੇ ਸੀ, ਇਹ ਵੀ ਯਾਦ ਰੱਖਿਓ, ਕਈ ਵਾਰੀ ਸਵਾਲ ਆ ਜਾਂਦਾ, ਬੱਚਿਆਂ ਨੂੰ ਦੱਸਣਾ ਪੈ ਜਾਂਦਾ। ਇੱਕ ਸਾਹਿਬਜ਼ਾਦਾ ਅਜੀਤ ਸਿੰਘ ਦੀ ਦਾ ਜਨਮ ਮਾਤਾ ਸੁੰਦਰੀ ਦੇ ਪੇਟੋਂ ਹੋਇਆ, ਇਕੱਲੇ ਦਾ। ਬਾਕੀ ਜਿਹੜੇ ਤਿੰਨ ਸੀ, ਜੁਝਾਰ ਸਿੰਘ, ਜੋਰਾਵਰ ਸਿੰਘ, ਫਤਿਹ ਸਿੰਘ, ਇਹਨਾਂ ਤਿੰਨਾਂ ਨੇ ਮਾਤਾ ਜੀਤੋ ਦੇ ਪੇਟੋਂ ਜਨਮ ਲਿਆ। ਇੱਕ ਦੇ ਸੀ ਤਿੰਨ ਮਾਤਾ ਜੀਤੋ ਦੇ। ਅਤੇ ਜਦੋਂ ਸਾਹਿਬਜ਼ਾਦਾ ਛੋਟਾ ਫਤਿਹ ਸਿੰਘ 3.25 ਸਾਲ ਦਾ ਹੋਇਆ, ਉਦੋਂ ਨਹੀਂ ਮਾਤਾ ਜੀਤੋ ਜੀ ਸਰੀਰ ਛੱਡ ਗਏ। ਬੱਚੇ ਰੋਣ, ਕਿਉਂਕਿ ਬੱਚੇ ਤਾਂ ਬੱਚੇ ਹੀ ਹੁੰਦੇ ਆ। ਅਤੇ ਜਦੋਂ 3.25 ਸਾਲ ਦਾ ਸਾਹਿਬਜ਼ਾਦਾ ਰੋਵੇ ਨਾ ਵੀ ਮੇਰੀ ਮਾਂ ਮਰ ਗਈ, ਮਾਤਾ ਗੁਜਰੀ ਨੇ ਤਿੰਨਾਂ ਚਾਰਾਂ ਨੂੰ ਕੋਲ ਬੁਲਾਇਆ, ਛਾਤੀ ਨਾਲ ਲਾਇਆ ਗੁਰਮੁਖ। ਜੋਰਾਵਰ ਸਿੰਘ ਅਤੇ ਫਤਿਹ ਸਿੰਘ ਛੋਟੇ ਸੀ, ਇਹਨਾਂ ਨੂੰ ਛਾਤੀ ਨਾਲ ਲਾ ਕੇ ਕਹਿੰਦੀ, ਬੱਚਿਓ ਰੋਵੋ ਨਾ, ਕੀ ਹੋਇਆ ਜੇ ਤੁਹਾਡੀ ਮਾਂ ਨਹੀਂ ਰਹੀ, ਮੈਂ ਵੀ ਤਾਂ ਤੁਹਾਡੀ ਮਾਂ ਹਾਂ, ਮੈਂ ਮਰਦੇ ਦਮ ਤੱਕ ਤੁਹਾਡਾ ਸਾਥ ਨਹੀਂ ਛੱਡਾਂਗੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤਾਂ ਹੀ ਸਰਹੰਦ ਤੱਕ ਦੇਖੋ ਨਾਲ ਗਏ ਮਾਤਾ ਗੁਜਰੀ ਨਾਲ ਗਏ, ਜਿੱਦੇ 13 ਪੋਹ ਨੂੰ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਨਾ ਸੀ, ਉਦੇ ਵੀ ਮਾਤਾ ਗੁਜਰੀ ਨੂੰ ਪਤਾ ਸੀ ਵੀ ਇਹਨਾਂ ਨੇ ਅੱਜ ਮੁੜ ਕੇ ਨਹੀਂ ਆਉਣਾ। ਫਿਰ ਵੀ ਜਾਂਦੇ ਹੋਏ ਪੋਤਿਆਂ ਨੂੰ ਕਿਹਾ ਸੀ, ਜਾਓ ਮੇਰੇ ਪੋਤਿਓ ਤੁਸੀਂ ਨਾ ਘਬਰਾਉਣਾ, 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 ਜਾਓ ਮੇਰੇ ਪੋਤਿਓ ਤੁਸੀਂ ਨਾ ਘਬਰਾਉਣਾ। ਆਪ ਤੋਰਿਆ ਗੁਰਮੁਖੋ, ਹੁਣ ਇਹੋ ਜੀ ਮਾਂ ਲੱਭਣੀ ਆ ਕਿਤੇ ਜਿਹਦਾ ਪਤੀ ਵੀ ਸ਼ਹੀਦ, ਪੋਤੇ ਵੀ ਸ਼ਹੀਦ, ਸਹੁਰਾ ਵੀ ਸ਼ਹੀਦ,
ਤੇ ਪੁੱਤ ਵੀ ਸ਼ਹੀਦ ਆਖੋ ਸਤਨਾਮ। ਸ੍ਰੀ ਵਾਹਿਗੁਰੂ। ਨਹੀਂ ਤਾਂ ਮਾਈਆਂ ਬੈਠੀਆਂ ਨਾ, ਮਾੜੀ ਜੀ ਗੱਲ ਹੋ ਜੇ ਧਾਹਾਂ ਮਾਰ ਮਾਰ ਰੋਂਦੀਆਂ। ਉਹਨੂੰ ਪਤਾ ਸੀ ਕਿ ਵੱਡੇ ਸਾਹਿਬਜ਼ਾਦੇ ਸ਼ਹੀਦੀ ਪਾ ਕੇ, ਕਿਉਂਕਿ ਸਰਹੰਦ ਵਾਲਾ ਬਾਦਸ਼ਾਹ ਕਹਿੰਦਾ ਸੀ ਤੁਹਾਡੇ ਪਿਤਾ ਨੂੰ ਅਸੀਂ ਮਾਰ ਕੇ ਆਏ ਹਾਂ, ਤੁਹਾਡੇ ਸਿੰਘ ਮਾਰੇ ਗਏ, ਤੁਹਾਡੇ ਵੱਡੇ ਭਰਾ ਵੀ ਮਾਰੇ ਗਏ। ਪਤਾ ਸੀ ਮਾਤਾ ਗੁਜਰੀ ਨੂੰ ਸਾਰਾ ਹਾਲ। ਹਾਲਾਂਕਿ ਜਲਾਦਾਂ ਨੇ ਕਿਹਾ ਸੀ, ਜਿਹੜੇ ਨੀਹਾਂ ਚਿਣ ਰਹੇ ਸੀ ਨਾ ਮਜ਼ਦੂਰ, ਭੱਜ ਕੇ ਗਏ ਸੀ, ਕਹਿੰਦੇ ਮਾਂ ਜਾ ਤੂੰ ਹੀ ਜਾ ਕੇ ਸਮਝਾ ਲੈ ਆਪਣੇ ਪੁੱਤਰਾਂ ਨੂੰ। ਸੁਣਿਆ ਵੀ ਗੁਰੂ ਗੋਬਿੰਦ ਸਿੰਘ ਸ਼ਹੀਦ ਹੋ ਗਿਆ, ਕਿਉਂਕਿ ਬਾਬਾ ਸੰਗਤ ਸਿੰਘ ਦਾ ਸੀਸ ਕੱਟ ਕੇ ਨਾ ਐਂ ਸਮਝ ਗਏ ਸੀ ਵੀ ਅਸੀਂ ਗੁਰੂ ਗੋਬਿੰਦ ਸਿੰਘ ਖਤਮ ਕਰਤਾ, ਸਰਹੰਦੀ ਲਿਆਂਦਾ ਸੀ ਉਹਦਾ ਸੀਸ ਕੱਟ ਕੇ। ਤੇ ਮਜ਼ਦੂਰ ਜਿਹੜਾ ਗਾਰਾ ਪਾਉਂਦਾ ਸੀ ਉਹ ਭੱਜ ਕੇ ਗਿਆ ਮਾਤਾ ਗੁਜਰੀ ਨੂੰ ਜਾ ਕੇ, ਕਹਿੰਦਾ ਮਾਂ ਤੇਰਾ ਪੁੱਤਰ ਤੇ ਤੇਰੇ ਵੱਡੇ ਪੋਤੇ ਚਮਕੌਰ ਮਾਰੇ ਗਏ, ਆ ਛੋਟੇ ਪੋਤੇ ਰਹਿੰਦੇ ਆ ਆਖਰੀ ਨਿਸ਼ਾਨੀ ਕੁਲ ਦੀ, ਤੂੰ ਹੀ ਜਾ, ਉਹ ਤਾਂ ਨਹੀਂ ਮੰਨਦੇ, ਜਾ ਕੇ ਸਮਝਾ ਲੈ। ਆਖਰੀ ਨਿਸ਼ਾਨੀ ਸੀ ਜਿਹੜੀ ਖਤਮ ਹੋਣ ਲੱਗੀ ਹੈ। ਤੇ ਮਾਤਾ ਗੁਜਰੀ ਨੇ ਬੁਰਜ ਤੇ ਬੈਠਿਆਂ ਬੈਠਿਆਂ ਕਿਹਾ ਸੀ, ਕਹਿੰਦੀ ਤੂੰ ਚਿੰਤਾ ਨਾ ਕਰ, ਮਾਤਾ ਗੁਜਰੀ ਨੇ ਮੋੜ ਜਵਾਬ ਦਿੱਤਾ, ਮੇਰਾ ਨਾਂ ਗੁਜਰੀ ਮੇਰੀ ਅਲ ਗੁਜਰੀ, ਇਹੋ ਜਿਹੀ ਕਹਾਣੀ ਤਾਂ ਮੇਰੇ ਉੱਤੇ ਘੜੀ ਘੜੀ ਗੁਜਰੀ, ਪਲ ਪਲ ਗੁਜਰੀ, ਪਹਿਲਾਂ ਪਤੀ ਦਿੱਤਾ ਫਿਰ ਮੈਂ ਪੋਤੇ ਦਿੱਤੇ। ਜਿਹੜੀ ਕੁਰਬਾਨੀ ਦੀ ਗੱਲ ਕਰਦਾ, ਪਹਿਲਾਂ ਮੈਂ ਆਪਣਾ ਪਤੀ ਵੀ ਤੋਰਿਆ, ਆਖੋ ਸਤਨਾਮ। ਸ੍ਰੀ ਵਾਹਿਗੁਰੂ। ਪਹਿਲਾਂ ਪਤੀ ਦਿੱਤਾ ਫਿਰ ਮੈਂ ਪੋਤੇ ਦਿੱਤੇ, ਆ ਹੁਣ ਮੌਤ ਮੈਨੂੰ ਕਹਿੰਦੀ ਚੱਲ ਗੁਜਰੀ, ਗੁਜਰੀ ਲੋਕ ਮੈਨੂੰ ਤਾਈਓ ਆਖਦੇ ਨੇ, ਜਿਹੜੀ ਆਈ ਸਿਰ ਤੇ ਉਹ ਚੱਲ ਗੁਜਰੀ। ਕਹਿੰਦੀ ਮੈਨੂੰ ਗੁਜਰੀ ਤਾਂ ਆਖਿਆ ਵੀ ਇਹ ਜਾ ਸਮਾਂ ਮੈਂ ਬਹੁਤ ਗੁਜ਼ਾਰਿਆ, ਆਖੋ ਸਤਨਾਮ। ਸ੍ਰੀ ਵਾਹਿਗੁਰੂ। ਕਹਿੰਦੀ ਮੌਤ ਮੇਰੇ ਕੋਲੇ ਵੀ ਖੜੀ ਆ, ਮੈਨੂੰ ਕਹਿੰਦੀ ਆ ਆ ਚੱਲੀਏ, ਪਰ ਮੈਂ ਇਹਨਾਂ ਬੱਚਿਆਂ ਨਾਲ ਵਾਅਦਾ ਕੀਤਾ ਵੀ ਮਰਦੇ ਦਮ ਤੱਕ ਸਾਥ ਨਹੀਂ ਛੱਡਾਂਗੀ। ਇਹੋ ਜੀ ਮਾਂ, ਪਤਾ ਸੀ ਵੀ ਅੱਜ ਮੁੜ ਕੇ ਨਹੀਂ ਆਉਣਾ, ਫਿਰ ਵੀ ਕਹਿੰਦੀ ਸੀ ਚਿੱਤ ਚਰਨ ਕਮਲ ਕਾ ਆਸਰਾ, ਚਿੱਤ ਚਰਨ ਕਮਲ ਸੰਗ ਜੋੜੀ ਹੈ, ਮਨ ਲੋਚੈ ਬੁਰੇ ਆਈਆਂ, ਗੁਰ ਸ਼ਬਦੀ ਇਹੋ ਮਨ ਹੋੜੀ ਹੈ, ਬਾਹੇ ਜਿਨ੍ਹਾਂ ਦੀ ਪਕੜੀ ਹੈ ਸਿਰ ਦੀਜੈ ਬਾਂਹ ਨਾ ਛੋੜੀ ਹੈ। ਤੇਗ ਬਹਾਦਰ ਬੋਲਿਆ ਧਰ ਪਈਐ ਧਰਮ ਨਾ ਛੋੜੀ। ਕਹਿੰਦੀ ਤੁਹਾਡੇ ਦਾਦਾ ਜੀ ਦਾ ਬਚਨ ਹੈ ਵੀ ਮਰਦੇ ਦਮ ਤੱਕ ਆਪਣਾ ਧਰਮ ਨਹੀਂ ਛੱਡੀ ਦਾ, ਆਖੋ ਸਤਨਾਮ। ਤਾਂ ਅੱਜ ਯਾਦ ਕੀਤਾ ਜਾਂਦਾ। ਲਓ ਸਮਾਂ ਆਪਾਂ ਨੂੰ ਇਜਾਜ਼ਤ ਨਹੀਂ ਦਿੰਦਾ, ਪੌਣੇ ਕੁ ਇੱਕ ਵਜੇ ਹੁਕਮ ਸੀ ਮੇਰਾ ਖਿਆਲ ਆ, ਹੋ ਗਿਆ ਹੁਣ ਟਾਈਮ, ਸਮਾਂ ਇਜਾਜ਼ਤ ਨਹੀਂ ਦਿੰਦਾ। ਤੇ ਆਪ ਜੀ ਨੇ ਕਿਰਪਾ ਕਰਨੀ, ਜੋ ਇਤਿਹਾਸ ਸੁਣਾਇਆ ਇਹਨੂੰ ਆਪਣੇ ਜੀਵਨ ਵਿੱਚ ਕਮਾਉਣਾ ਹੈ। ਅੱਜ ਬੀਬੀਆਂ ਦਾ ਜ਼ਿਕਰ ਕੀਤਾ ਕਿਉਂਕਿ ਮਾਤਾ ਜੰਗੀਰ ਕੌਰ ਦੇ ਭੋਗ ਤੇ ਆਏ ਹਾਂ, ਅਰਦਾਸ ਵੀ ਕਰੀਏ ਤੇ ਨਾਲ ਨਾਲ ਆਪੋ ਆਪਣਾ ਜੀਵਨ ਬਣਾਈਏ, ਭੈਣ ਨਾਨਕੀ ਵਰਗੇ ਗੁਣ ਆਪਣੇ 'ਚ ਲਿਆਉਣੇ ਹੈ।
ਮਾਤਾ ਖੀਵੀ ਵਰਗੇ, ਮਾਤਾ ਗੁਜਰ ਕੌਰ ਵਰਗੇ, ਬੀਬੀ ਭਾਨੀ ਵਰਗੇ ਗੁਣ ਆਪਣੇ 'ਚ ਲਿਆਉਣੇ ਹੈ ਗੁਰਮੁਖ। ਕੋਸ਼ਿਸ਼ ਕਰਨੀ ਹੈ ਬੱਚਿਆਂ ਨੂੰ ਸਿਖਾਓ ਇਹ ਗਿਆਨ ਦੀਆਂ ਗੱਲਾਂ, ਤਾਂ ਕਿ ਸਾਡੇ ਪਰਿਵਾਰਾਂ ਵਿੱਚ ਗੁਰਸਿੱਖੀ ਆਵੇ। ਉਹਨਾਂ ਨੂੰ ਤਾਂ ਪੂਜਿਆ ਜਾਂਦਾ ਕਿਉਂਕਿ ਆਪਣਾ ਧਰਮ ਨਹੀਂ ਛੱਡਿਆ, ਅਤੇ ਅਸੀਂ ਖਿਮਾ ਕਰਿਓ ਥੋੜ੍ਹੇ ਹੀ ਨੇ ਜਿਹੜੇ ਧਰਮ ਦੇ ਵਿੱਚ ਪਰਪੱਕ ਨੇ। ਬਹੁਤਾਤ ਉਹਨਾਂ ਦੀ ਹੈ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਬਸ ਲੋੜ ਪੈਣ 'ਤੇ ਹੀ ਮੰਨਦੇ ਆ। ਆਖੋ ਸਤਨਾਮ। ਆ ਭੋਗਾਂ 'ਤੇ ਵੀ ਕਈ ਕਹਿਣਗੇ ਵੀ ਲੋਕ ਕਹਿਣਗੇ ਬੁੜੇ ਦਾ ਭੋਗ ਤਾਂ ਇੱਥੋਂ ਪਾਇਆ ਨਹੀਂ ਗਿਆ, ਤਾਂ ਲਿਆਉਂਦੇ ਆ। ਆਨੰਦਾਂ ਵੇਲੇ ਪੰਚਾਰੀ ਜਾਂਦੇ ਆ, ਉਹ ਵੀ ਸ਼ਰਧਾ ਨਹੀਂ ਬਸ, ਪਰ ਉੱਥੋਂ ਹੋਣੀ ਹੁੰਦੀ ਹੈ ਜ਼ਿੰਦਗੀ ਦੀ ਸ਼ੁਰੂਆਤ। ਜਿਨ੍ਹਾਂ ਧੀਆਂ ਨੂੰ ਜਿਨ੍ਹਾਂ ਪੁੱਤਾਂ ਨੂੰ ਬੜੀ ਮਿਹਨਤ ਨਾਲ ਪੜ੍ਹਾਇਆ ਹੁੰਦਾ ਹੈ, ਪਾਲਿਆ ਹੁੰਦਾ, ਵੱਡੇ ਕੀਤਾ ਹੁੰਦਾ, ਉਹਦੇ ਆਨੰਦਾਂ ਵੇਲੇ ਤਾਂ ਘੱਟੋ ਘੱਟ ਸਾਰਾ ਪਰਿਵਾਰ ਜਾਣਾ ਚਾਹੀਦਾ। ਕਿਉਂ ਉਹਦੀ ਬਾਬਤ ਅਰਦਾਸ ਕਰੀਏ, ਉੱਥੇ ਵੱਧ ਤੋਂ ਵੱਧ ਸੰਗਤ ਆਉਣੀ ਚਾਹੀਦੀ ਹੈ। ਕਈ ਰੂਹਾਂ ਐਸੀਆਂ ਹੁੰਦੀਆਂ ਜਿਨ੍ਹਾਂ ਦੀ ਪਰਮੇਸ਼ੁਰ ਮੋੜ ਹੀ ਨਹੀਂ ਸਕਦਾ ਗੁਰਮੁਖ, ਪਰ ਉਦੋਂ ਵੀ ਬਸ ਸਰਦਾ ਨਹੀਂ ਇੱਕ ਗੁਰਮੁਖੋ, ਐਂ ਨਹੀਂ ਭਾਈ ਸਰਨਾ ਨਹੀਂ ਹੈ ਆਪਣਾ। ਕਬੀਰ ਜੀ ਕਹਿੰਦੇ ਕਾਮ ਪਰੇ ਹਰ ਸਿਮਰੀ ਹੈ, ਐਸਾ ਸਿਮਰੋ ਨਿਤ ਅਮਰਾਪੁਰ ਵਾਸਾ ਕਰੋ ਹਰ ਗਿਆ ਬਹੋਰਾ ਬਿੱਤ। ਕਹਿੰਦੇ ਜਿਵੇਂ ਲੋੜ ਪੈਣ 'ਤੇ ਅਰਾਧਦਾ ਹੈ ਨਾ ਗਾਉਣ ਵੇਲੇ, ਜੇ ਐਂ ਰੋਜ਼ ਯਾਦ ਕਰੇ ਤੇਰਾ ਤਾਂ ਜਿਉਂਦੇ ਦਾ ਹੀ ਸੱਚਖੰਡ 'ਚ ਵਾਸਾ ਹੋ ਜੂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋ ਮਰਜ਼ੀ ਤੁਹਾਡੀ ਹੈ, ਕਰਨਾ ਕੀ ਹੈ ਭਾਈ, ਚੰਗੇ ਪਾਸੇ ਤੁਰੋਂਗੇ ਤਾਂ ਮਾਣ ਸਤਿਕਾਰ ਵੱਧ ਜੂਗਾ, ਕਮਾਈਆਂ 'ਚ ਵੀ ਬਰਕਤਾਂ ਪੈ ਜਾਂਦੀਆਂ। ਇਹ ਵੀ ਕਹਿੰਦੇ ਆ ਜੋ ਤੇਰੇ ਭਾਗਾਂ 'ਚ ਨਹੀਂ ਵੀ ਲਿਖਿਆ ਉਹ ਵੀ ਮਿਲ ਜਾਣਾ, ਤੂੰ ਨਿਮਰਤਾ ਰੱਖ, ਨੀਤ ਸਾਫ਼ ਰੱਖ। ਜਿੱਥੇ ਵੀ ਤੈਨੂੰ ਕੰਮ ਮਿਲਿਆ ਉਹਨੂੰ ਇਮਾਨਦਾਰੀ ਅਤੇ ਵਫਾਦਾਰੀ ਨਾਲ ਨਿਭਾਇਆ ਕਰ, ਕਿਉਂਕਿ ਬਰਕਤ ਰੱਬ ਦੀ ਕਿਰਪਾ ਨਾਲ ਪੈਣੀ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ।